ਗੁਰੂ ਸਾਹਿਬ ਜੀ ਬਾਣੀ ਵਿੱਚ ਜੋ ਕੁਛ ਲਿਖ ਰਹੇ ਹੈ ਉਹ ਸੰਸਾਰ ਦੀ ਹਾਲਤ ਦੇਖ ਕੇ ਕਿਸੇ ਦਾ ਨਾਂ ਨਹੀਂ ਲੈ ਰਹੇ, ਸਾਂਝਾ ਦੱਸ ਰਹੇ ਹੈ ਔਰ ਸਾਰੀ ਦੁਨੀਆ ਨੂੰ ਕਹਿ ਰਹੇ ਹੈ। ਜਿਹਨਾਂ ਜਿਹਨਾਂ ਮਹਾਂਪੁਰਖਾਂ ਨੇ ਬੰਦਗੀ ਕੀਤੀ ਹੈ ਉਹ ਸਾਨੂੰ ਬੰਦਗੀ ਦੇ ਬਾਰੇ ਹੀ ਫਰਮਾਉਣਗੇ। ਮਹਾਰਾਜ ਤੀਸਰੀ ਪਾਤਸ਼ਾਹੀ ਨੇ ਬਹੁਤ ਤਪੱਸਿਆ ਕੀਤੀ ਔਰ ਬੜੀ ਕਰੜੀ ਤਪੱਸਿਆ ਕੀਤੀ। ਕੰਮ ਕੰਮ ਵਿੱਚ ਬੜਾ ਫਰਕ ਹੁੰਦਾ ਹੈ, ਕਈ ਕੰਮ ਬੜੇ ਸੁਖਾਲੇ ਹੁੰਦੇ ਆ, ਕਈ ਕੰਮ ਬੜੇ ਮੁਸ਼ਕਲ ਜਿਹੇ ਹੁੰਦੇ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਸੇਵਾ ਦੇ ਨਾਲ ਨਾਲ ਬੰਦਗੀ ਵੀ ਕੀਤੀ ਹੈ ਔਰ ਸੇਵਾ ਜਿਹੜੀ ਕੀਤੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ, ਅੱਗੇ ਕਈ ਵਾਰ ਦੱਸਿਆ ਹੈ ਕਿ ਆਪਣੇ ਮੁਰਸ਼ਦ ਦਾ ਪਾਣੀ ਲਿਆ ਕੇ ਇਸ਼ਨਾਨ ਕਰਵਾਉਂਦੇ ਰਹੇ। ਪਾਣੀ ਇਹ ਨਹੀਂ ਸੀ ਕਿਤੇ ਨਲਕੇ ਤੋਂ ਕੱਢ ਕੇ ਲਿਆਉਣਾ ਸੀ, ਉਹਨਾਂ ਸਮਿਆਂ ਦੇ ਵਿੱਚ ਤੁਰਦਿਆਂ ਜਾਣਾ, 6 ਮੀਲ ਜਾਣਾ, 6 ਮੀਲ ਆਉਣਾ, ਕੋਈ ਗੱਡੀ ਮੋਟਰ ਨਹੀਂ ਸੀ, ਕੋਈ ਰਾਹ ਰਸਤਾ ਨਹੀਂ ਸੀ, ਪੈਦਲ ਜਾਣਾ ਔਰ ਪੈਦਲ ਆਉਣਾ, ਸਿਰ 'ਤੇ ਪਾਣੀ ਦੀ ਮੜਕੀ। 6 ਮੀਲ ਤੁਸੀਂ ਵਿਚਾਰ ਕਰੋ, ਜਿਸ ਬੰਦੇ ਦੇ ਸਿਰ 'ਤੇ ਪਾਣੀ ਦੀ ਮੜਕੀ ਹੋਵੇ ਔਰ 6 ਮੀਲ ਆਉਣਾ ਹੋਵੇ ਕਿਤਨਾ ਸਫ਼ਰ ਹੈ, ਕਿਤਨਾ ਔਖਾ ਹੈ। ਅੱਜ ਅਸੀਂ ਇਸ ਜ਼ਮਾਨੇ ਵਿੱਚ 1 ਮੀਲ ਵੀ ਤੁਰਦੇ ਨਹੀਂ ਜਾਂਦੇ, ਕਈ ਬੰਦੇ ਅਸੀਂ ਦੇਖਦੇ ਹਾਂ ਅੱਡਿਆਂ 'ਤੇ ਬੈਠੇ ਰਹਿੰਦੇ ਹੈ, 2 ਮੀਲ ਵੀ ਕਿਤੇ ਜਾਣਾ ਹੋਇਆ ਉਹ ਵੀ ਡਾਂਗੇ ਲਾਰੀ ਜਾਂ ਹੋਰ ਕਿਸੇ ਚੀਜ਼ ਦੀ ਇੰਤਜ਼ਾਰ ਕਰਦੇ ਰਹਿੰਦੇ ਆ। 2 ਮੀਲ ਵੀ ਤੁਰਨਾ ਮੁਸ਼ਕਲ ਹੈ। ਜਿਹੜੇ 6 ਮੀਲ ਸਫ਼ਰ ਕਰਕੇ ਪਾਣੀ ਲਿਆਉਂਦੇ ਹੁੰਦੇ ਸੀ ਸਿਰ 'ਤੇ ਪਾਣੀ ਦੀ ਮੜਕੀ, ਇਹ ਨਹੀਂ ਸੀ ਕਿ ਉਹ 1-2 ਕਿਲੋ ਪਾਣੀ ਹੁੰਦਾ, ਜਿਹੜਾ ਇਸ਼ਨਾਨ ਕਰਦੇ ਹੁੰਦੇ ਸੀ ਕੁਛ ਨਾ ਕੁਛ ਪਾਣੀ ਹੋਊਗਾ। 6 ਮੀਲ ਜਾਣਾ ਔਰ 6 ਮੀਲ ਆਉਣਾ, 12 ਮੀਲ ਸਫ਼ਰ ਰੋਜ਼ ਦਾ ਕਰਨਾ, ਫਿਰ ਕੁੜਮ ਕੁੜਮ ਦਾ ਪਾਣੀ ਢੋਵੇ, ਕਿਤਨਾ ਔਖਾ ਹੈ। ਰਿਸ਼ਤੇਦਾਰ ਦੇ ਜਾ ਕੇ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਂਦਾ, ਉਹ ਇੱਕ ਰਿਸ਼ਤੇਦਾਰ ਹੋ ਕੇ ਅਤੇ ਉਹਨਾਂ ਦਾ ਪਾਣੀ ਲਿਆ ਕੇ ਅਤੇ ਉਹਨੂੰ ਇਸ਼ਨਾਨ ਕਰਾਵੇ, ਕਿਤਨਾ ਔਖਾ ਹੈ। ਕਿਤਨਾ ਉਹਨਾਂ ਲੋਕ ਇਲਾਜ ਨੂੰ ਛੱਡਿਆ, ਦੁਨੀਆ ਦੀ ਮਾਣ ਵਡਿਆਈ ਨੂੰ ਛੱਡਿਆ, ਉਹਨਾਂ ਦੀ ਬਾਣੀ ਜਿਹੜੀ ਹੈ ਬੜੀ ਲਾ ਤੜਕ ਬਾਣੀ ਹੈ ਔਰ ਜੋ ਕੁਛ ਵੀ ਬਾਣੀ 'ਚ ਫਰਮਾਉਂਦੇ ਆ ਉਹਨੇ ਆਪ ਕੀਤਾ ਹੈ। ਆਪ ਦਿਨ ਰਾਤ ਸੇਵਾ ਕੀਤੀ, ਰਾਤ ਦੇ ਸਮੇਂ ਕਿਲੀ ਨਾਲ ਬਾਲ ਬੰਨ ਕੇ ਖੜ੍ਹੇ ਰਹਿਣਾ, ਤਪੱਸਿਆ ਕਰਨੀ, ਮੁਰਸ਼ਦ ਦੇ ਦੱਸੇ ਹੋਏ ਨਿਯਮਾਂ 'ਤੇ ਚੱਲਣਾ,
ਉਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਹੈ ਕਿ ਸਾਰੀ ਦੁਨੀਆ ਦਾ ਅੰਦਾਜ਼ਾ ਲਾ ਕੇ ਫਰਮਾ ਰਿਹਾ ਹੈ ਕਿ ਭਾਈ ਕੀ ਕਰ ਰਹੇ ਹਾਂ ਅਸੀਂ, ਦੁਨੀਆ ਦੇ ਧੰਦਿਆਂ 'ਚ ਦਿਨ ਲੰਘ ਗਿਆ ਔਰ ਰਾਤ ਸੌਂ ਕੇ ਲੰਘ ਗਈ, ਅਸੀਂ ਜੋ ਕੰਮ ਕਰਨਾ ਸੀ ਉਹ ਕੰਮ ਕੀਤਾ ਨਹੀਂ। ਸਾਡਾ ਕੰਮ ਸੀ ਕਿ ਮਨੁੱਖਾ ਜਨਮ ਦਾ ਅਸੀਂ ਕੁਛ ਫਾਇਦਾ ਲੈਂਦੇ, ਸਾਨੂੰ ਇਹ ਜਨਮ ਮਿਲਿਆ, ਬੜਾ ਅਵਸਰ ਜਨਮ ਮਿਲਿਆ, ਬੜਾ ਕੀਮਤੀ ਜਨਮ ਮਿਲਿਆ, ਇਸ ਜਨਮ ਦਾ ਕੋਈ ਮੁੱਲ ਨਹੀਂ ਪਾ ਸਕਦਾ, ਇੱਕ ਇੱਕ ਸਵਾਸ ਦੀ ਕੋਈ ਕੀਮਤ ਨਹੀਂ ਦੇ ਸਕਦਾ। ਕਿਉਂਕਿ ਕਬੀਰ ਸਾਹਿਬ ਜੀ ਜਦੋਂ ਵੀ ਦੁਨੀਆ ਵਿੱਚ ਆਏ ਉਹਨਾਂ ਵੀ ਦੁਨੀਆ ਨੂੰ ਦੇਖਿਆ ਕਿ ਕੀ ਕਰ ਰਹੇ ਹੈ, 24,000 ਸਵਾਸ ਸਾਨੂੰ ਉਹ ਮਾਲਕ ਦਿਨ ਔਰ ਰਾਤ ਦੇ ਵਿੱਚ ਦੇ ਰਿਹਾ, 24,000 ਸਵਾਸ ਜਿਹੜਾ ਸਾਡਾ ਕਿੱਧਰ ਜਾ ਰਿਹਾ, ਕਿੱਧਰ ਅਸੀਂ ਲਾ ਰਹੇ ਹਾਂ, ਕਿਸੇ ਸਾਧ ਸੰਗ ਦੀ ਸੇਵਾ ਵਿੱਚ, ਭਜਨ ਸਿਮਰਨ ਵਿੱਚ, ਕਿਸ ਪਾਸੇ ਜਾ ਰਿਹਾ। ਤਾਂ ਬੜੇ ਅਫਸੋਸ ਨਾਲ ਕਬੀਰ ਸਾਹਿਬ ਜੀ ਨੇ ਵੀ ਬਾਣੀ 'ਚ ਫਰਮਾਇਆ ਹੈ, ਕਹਿਤਾ ਹੂੰ ਕਿਆ ਕਹੂੰ ਕਿਆ ਵਜਾਉਂ ਢੋਲ, ਸਵਾਸਾ ਖਾਲੀ ਜਾਤ ਹੈ ਤੀਨ ਲੋਕ ਕਾ ਮੋਲ। ਸਾਨੂੰ ਸਾਰਿਆਂ ਜੀਵਾਂ ਨੂੰ ਸਮਝਾਇਆ ਬੜੇ ਅਫਸੋਸ ਨਾਲ ਕਿ ਮੈਂ ਕੀ ਕਵਾਂ, ਮੈਂ ਕਹਿ ਰਿਹਾ ਕੋਈ ਢੋਲ ਵਜਾਵਾਂ, ਇੱਕ ਸਵਾਸ ਸਾਡਾ ਜਿਹੜਾ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜਾ ਰਿਹਾ ਹੈ, ਤਾਂ ਰੋਕੀ ਵੀ ਦਿੱਤੀ ਜਾਵੇ ਤਾਂ ਸਵਾਸ ਵਾਪਸ ਨਹੀਂ ਮਿਲਦਾ। ਅਗਰ ਇਹ ਸਵਾਸ ਵਾਪਸ ਮਿਲਣ ਤਾਂ ਬੜੇ ਬੜੇ ਅਰਬਾਂ ਪਤੀ ਲੋਕ ਜਿਹੜੇ ਸ਼ਾਹੂਕਾਰ ਨੇ ਉਹ ਖਰੀਦ ਸਕਦੇ ਹੈ, ਰਾਜੇ ਮਹਾਰਾਜੇ ਖਰੀਦ ਸਕਦੇ ਹੈ, ਲੇਕਿਨ ਇਹ ਮੁੱਲ ਨਹੀਂ ਵਿਕਦੇ, ਨਾ ਮੁੱਲ ਮਿਲਦੇ ਹੈ। ਦੇਖੋ ਕਿੱਡੀ ਵੱਡੀ ਕੀਮਤ ਹੈ। ਹਜ਼ੂਰ ਇੱਕ ਜ਼ਿਮੀਦਾਰ ਦੀ ਮਿਸਾਲ ਦਿੰਦੇ ਹੁੰਦੇ ਸੀ, ਕਦਰ ਕਿਸੇ ਜਗ੍ਹਾ ਸਿਰ ਪੈਂਦਾ ਜਾ ਕੇ ਕਿਸੇ ਚੀਜ਼ ਦਾ, ਬੇਕਦਰਿਆਂ ਨੂੰ ਜਿਹਨੂੰ ਸੁਨਾਸ਼ ਨਹੀਂ ਕਹਿੰਦੇ, ਕਿਸੇ ਨੂੰ ਲਾਲ ਲੱਭਾ ਉਹਨੇ ਗਧੇ 'ਤੇ ਗੱਲ ਪਾਇਆ। ਇੱਕ ਜ਼ਿਮੀਦਾਰ ਦੀ ਮਿਸਾਲ ਦਿੰਦੇ ਸੀ ਕਿ ਕੋਈ ਜਵਾਰ ਦੀ ਰਾਖੀ ਕਰਦਾ ਹੁੰਦਾ ਸੀ, ਉਹ ਕਮਾਣੀ ਰਾਹੇ ਛੋਟੇ ਛੋਟੇ ਪੱਥਰ ਪਾ ਕੇ ਘੁਮਾਉਂਦਾ ਰਹਿੰਦਾ ਸੀ, ਕਾਂ ਡਾਉਂਦਾ ਰਹਿੰਦਾ ਸੀ। ਇੱਕ ਦਿਨ ਉਸੇ ਜ਼ਮੀਨ ਦੇ ਵਿੱਚੋਂ ਉਹਨੂੰ ਕੋਈ ਭਾਂਡਾ ਲੱਭਾ, ਉਹਦੇ ਵਿੱਚ ਲਾਲ ਸਨ, ਲਾਲਾਂ ਦਾ ਭਰਿਆ ਹੋਇਆ ਭਾਂਡਾ। ਸੋਚਦਾ ਹੈ ਕਿ ਹੁਣ ਮੇਰੇ 4 ਦਿਨ ਲੰਘ ਜਾਣੇ ਹੈ, ਹੁਣ ਮੈਨੂੰ ਪੱਥਰ ਪੁੱਥਰ ਇਕੱਠੇ ਨਹੀਂ ਕਰਨਾ ਪੈਣੇ। ਉਹ ਇੱਕ ਇੱਕ ਕਰਕੇ ਕਮਾਣੀ ਰਾਹੀਂ ਕਮਾ ਦਿੱਤੇ, ਉਸਨੇ ਕਾਂਡ ਆਉਂਦਾ ਰਿਹਾ। ਇੱਕ ਰਹਿੰਦਾ ਸੀ ਲਾਲ, ਅਤੇ ਘਰੋਂ ਲੜਕਾ ਉਸਦਾ ਆਇਆ, ਪਿਤਾ ਜੀ ਸਾਡੇ ਘਰ ਨਿਮਕ ਨਹੀਂ। ਨਿਮਕ ਕਿੱਥੇ ਹੋਣਾ ਸੀ, ਕਰਮੀ ਉਹੋ ਜਿਹਾ, ਜਦੋਂ ਕਰਮ ਚੰਗਾ ਹੁੰਦਾ ਤਾਂ ਕਿਸੇ ਚੀਜ਼ ਦੀ ਸ਼ਨਾਸ ਵੀ ਹੁੰਦੀ। ਪੱਥਰ ਦੇ ਦਿੱਤਾ ਉਹ ਲਾਲ, ਕਿ ਜਾ ਦੁਕਾਨਦਾਰ ਨੂੰ ਦੇਵੀਂ,
ਕੋਈ ਛੜਾਕੀ ਪਾ ਅੱਧ ਪਾ ਜੋ ਵੀ ਬੜਾ ਸੋਹਣਾ ਗੋਲ ਹੈਗਾ ਉਹ ਬਣਾ ਲਏਗਾ ਤੈਨੂੰ ਨਿਮਕ ਦੇ ਦੇਗਾ। ਹੁਣ ਲੂਣ ਮਿਰਚ ਵਾਲਿਆਂ ਨੂੰ ਕੀ ਪਤਾ ਲਾਲ ਕੀ ਹੁੰਦਾ ਹੈਗਾ, ਉਹ ਕਹਿਣ ਲੱਗਾ ਇਹੋ ਜਿਹੇ ਮੇਰੇ ਕੋਲ ਬਥੇਰੇ ਪੱਥਰ ਪਏ ਹੈਗੇ, ਮੈਂ ਕੀ ਕਰਨਾ ਹੈ। ਕੋਈ ਸੁਦਾਗਰ ਲੰਘ ਰਿਹਾ ਸੀ, ਉਹਦੀ ਨਜ਼ਰ ਪਈ, ਹੁਣ ਸੋਚਿਆ ਇਹ ਲਾਲ ਕਿੱਥੇ ਵਿਕ ਰਿਹਾ ਆ ਕੇ, ਇਹ ਕਿੱਥੇ ਆ ਕੇ ਵਿਕ ਰਿਹਾ ਹੈ। ਉਸਨੇ ਕੀ ਕੀਤਾ, ਉਸ ਲੜਕੇ ਨੂੰ ਪੁੱਛਿਆ, ਲੜਕੇ ਨੂੰ ਪੁੱਛਿਆ ਕਿ ਤੂੰ ਕੀ ਲੈਣਾ ਹੈ। ਕਹਿੰਦੇ ਜੀ ਸਾਡੇ ਘਰ ਨਿਮਕ ਨਹੀਂ ਹੈ, ਨਿਮਕ ਨਹੀਂ ਸਾਡੇ ਘਰ, ਇਹ ਮੈਨੂੰ ਦਿੰਦੇ ਨਹੀਂ ਨਿਮਕ। ਲਾਲ ਉਹਦੇ ਪਾਸੋਂ ਲੈ ਲਿਆ, ਉਹਦੀ ਪੰਡ ਬਣਾ ਦਿੱਤੀ ਨਿਮਕ ਦੀ, ਲੈ ਜਾ, ਇੱਕ ਰੁੱਕਾ ਲਿਖ ਕੇ ਦੇ ਦਿੱਤਾ ਕਿ ਕੱਲ੍ਹ ਪਾਤਸ਼ਾਹ ਦੀ ਕਚਹਿਰੀ ਆ ਜਾਈ, ਆਪਣੇ ਪਿਤਾ ਨੂੰ ਭੇਜ ਦੇ। ਉਹ ਰੁੱਕਾ ਲੈ ਕੇ ਪਾਤਸ਼ਾਹ ਦੀ ਕਚਹਿਰੀ ਦੂਸਰੇ ਦਿਨ ਚਲਾ ਗਿਆ। ਜਿਸ ਵਕਤ ਚਲਾ ਗਿਆ ਪਾਤਸ਼ਾਹ ਨੂੰ ਰੁੱਕਾ ਦਿੱਤਾ, ਪਾਤਸ਼ਾਹ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਜੋ ਕੁਛ ਵੀ ਲੈਣਾ ਆਪਣੇ ਘਰ ਲੈ ਸਕਦਾ, ਅਤੇ ਸ਼ਾਮ ਨੂੰ ਸਾਨੂੰ ਮਾਫੀ ਦੇ ਦੇ, ਜਿਹੜੀ ਚੀਜ਼ ਅਸੀਂ ਤੇਰੇ ਪਾਸੋਂ ਲਈ ਹੈ ਇਹਦੀ ਅਸੀਂ ਕੀਮਤ ਨਹੀਂ ਦੇ ਸਕਦੇ। ਫਿਰ ਪਛਤਾਇਆ, ਸੋਚਣ ਲੱਗਾ ਇਹ ਕੀ ਬਣਿਆ, ਇਹ ਤਾਂ ਇੱਕ ਤਾਂ ਇਤਨਾ ਮੁੱਲ ਪਿਆ ਹੈ ਅਤੇ ਮੇਰੇ ਪਾਸ ਕਿੰਨੇ ਬੜੇ ਸਨ ਜਿਹੜੇ ਇੱਦਾਂ ਹੀ ਚਲਾ ਗਏ ਹੈ, ਮੈਂ ਇੱਦਾਂ ਮਿੱਟੀ 'ਚ ਰੋਲ ਦਿੱਤੇ ਹੈ। ਇਹ ਮਿਸਾਲ ਸਾਡੀ ਹੈ, ਸੰਤ ਬਾਹਰ ਦੀਆਂ ਮਿਸਾਲਾਂ ਦੇ ਕੇ ਸਾਨੂੰ ਸਮਝਾਉਂਦੇ ਹੈ, ਮਿਸਾਲ ਸਾਡੀ ਹੈ ਕਿ ਇੱਕ ਸਵਾਸ ਦੀ ਕੀਮਤ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਤ੍ਰਿਲੋਕੀ ਵੀ ਦਿੱਤੀ ਜਾਵੇ ਤਾਂ ਨਹੀਂ ਮਿਲ ਸਕਦੀ। ਸਾਡੇ ਕਿਤਨੇ ਸਵਾਸ ਜਾਂਦੇ, ਕੋਈ ਭਜਨ ਸਿਮਰਨ ਵਿੱਚ ਨਹੀਂ, ਸਾਧਸੰਗ ਦੀ ਸੇਵਾ ਵਿੱਚ ਨਹੀਂ, ਕਿੱਥੇ ਅਸੀਂ ਹਿਸਾਬ ਦੇਵਾਂਗੇ, ਕੀ ਅਸੀਂ ਕਰਾਂਗੇ। ਜਿਹਨੂੰ ਇਤਨਾ ਘਾਟਾ ਰੋਜ਼ ਦਾ ਪਵੇ, ਖਜ਼ਾਨੇ ਵੀ ਖਾਲੀ ਹੋ ਜਾਂਦੇ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਹੈ ਪੁਰਸ਼ ਤੂੰ ਸੋਚ ਤਾਂ ਸਹੀ ਵੀ ਕਰ ਕੀ ਰਿਹਾ ਹੈ, ਇਹ ਕੋਈ ਬੜੀ ਬਹਾਦਰੀ ਨਹੀਂ। ਦੁਨੀਆ ਦੇ ਕੰਮਾਂ ਵਿੱਚ ਤੂੰ ਦਿਨ ਲੰਘਾ ਦਿੱਤਾ, ਉਹ ਰਾਤ ਤੂੰ ਸੌਂ ਗਿਆ, ਤੋ ਕੁੱਤੇ ਬਿੱਲੇ ਵੀ ਸੌਂ ਜਾਂਦੇ ਆ, ਕੀੜੇ ਮਕੌੜੇ ਵੀ ਸੌਂ ਜਾਂਦੇ ਆ, ਪਸ਼ੂ ਵੀ ਸੌਂ ਜਾਂਦੇ ਆ, ਹਰ ਇੱਕ ਚੀਜ਼ ਜੋ ਵੀ ਪੈਦਾਇਸ਼ ਦੁਨੀਆ ਦੀ, ਇਹ ਸਭ ਸੌਂ ਜਾਂਦੇ ਆ ਰਾਤ ਨੂੰ, ਆਰਾਮ ਕਰਦੇ ਆ। ਜੇ ਤੂੰ ਵੀ ਉਸੇ ਪਾਸੇ 'ਤੇ ਹੋ ਗਿਆ ਤਾਂ ਕੀ ਫਾਇਦਾ ਹੋਇਆ। ਤੇਰਾ ਫਰਜ਼ ਹੈ ਕਿ ਰਾਤ ਦੇ ਸਮੇਂ ਜਾਗ ਕੇ ਉਸ ਮਾਲਕ ਦਾ ਸ਼ੁਕਰਾਨਾ ਕਰ,
ਉਸ ਮਾਲਕ ਦਾ ਧਿਆਨ ਧਰ ਅਤੇ ਫਰਿਆਦ ਕਰਕੇ ਹੈ ਮਾਲਕ ਮੇਰੇ 'ਤੇ ਕਿਰਪਾ ਕਰ, ਮੁਰਸ਼ਦ ਦੇ ਦੱਸੇ ਹੋਇਆ ਸਿਮਰਨ ਕਰ ਅਤੇ ਅੱਗੇ ਵਾਸਤੇ ਫਰਿਆਦ ਕਰਕੇ ਮੇਰੇ 'ਤੇ ਕਿਰਪਾ ਕਰੋ, ਦਇਆ ਕਰੋ। ਸਾਰੇ ਸੰਤਾਂ ਮਹਾਂਪੁਰਖਾਂ ਨੇ ਬਾਣੀ 'ਚ ਲਿਖਿਆ, ਸਤਿਗੁਰ ਕਾ ਜੋ ਸਿੱਖ ਉਹ ਖਾਏ, ਭਲਕੇ ਉੱਠ ਹਰ ਨਾਮ ਧਿਆਏ। ਭਾਈ ਉੱਠ ਸੁਬਹਾ ਦੇ ਟਾਈਮ ਉੱਠ ਕੇ ਹਰ ਦਾ ਨਾਮ ਜਪ, ਈਸ਼ਵਰ ਦੀ ਭਗਤੀ ਕਰ, ਜਿਹਦੇ ਵਿੱਚੋਂ ਤੈਨੂੰ ਫਾਇਦਾ ਹੋਣਾ ਹੈ। ਇਹ ਦੁਨੀਆ ਦੇ ਕੰਮ ਤੋਂ ਕੋਈ ਬੜੇ ਕਰਦਾ, ਕੋਈ ਥੋੜ੍ਹੇ ਕਰਦਾ, ਕਿਸੇ ਪਾਸ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਕੋਈ ਕੋਲਾਂ 'ਚ ਪਾ ਲੈਂਦਾ, ਕੋਈ ਗੋਲਾਂ 'ਚ ਪਾ ਲੈਂਦਾ, ਕਿਸੇ ਦੇ ਭਾਂਡਿਆਂ 'ਚ ਛੋਟਿਆਂ 'ਚ ਪਈ ਹੁੰਦੀ ਚੀਜ਼, ਗੁਜ਼ਾਰਾ ਸਾਰੇ ਹੀ ਕਰ ਜਾਂਦੇ ਹੈਗੇ ਦੁਨੀਆ ਦੇ ਵਿੱਚ। ਕਿਸੇ ਪਾਸ ਬਹੁਤਾ ਹੈ, ਕਿਸੇ ਪਾਸ ਥੋੜ੍ਹਾ ਹੈਗਾ, ਇਹ ਤਾਂ ਗੁਜ਼ਾਰਾ ਹੋ ਹੀ ਜਾਣਾ ਹੈ। ਲੇਕਿਨ ਜਿਹੜਾ ਅਸਲੀ ਕੰਮ ਸਾਡਾ ਹੈ ਭਜਨ ਸਿਮਰਨ, ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ, ਜਿਹਦੇ ਨਾਲ ਸਾਡੀ ਮੁਕਤੀ ਹੋਣੀ ਹੈ, ਜਿਹਦੇ ਨਾਲ ਸਾਨੂੰ ਸੁੱਖ ਮਿਲਣਾ ਹੈ। ਸੰਦੋਖ ਨਹੀਂ ਸਾਨੂੰ ਆ ਸਕਦਾ, ਭਾਵੇਂ ਸਾਡੇ ਕੋਲ ਅਰਬਾਂ ਹੋ ਜਾਣ, ਖਰਬਾਂ ਹੋ ਜਾਣ, ਅਸੀਂ ਪਾਤਸ਼ਾਹ ਦੁਨੀਆ ਦੇ ਬਣ ਜਾਈਏ, ਸੰਦੋਖ ਨਹੀਂ। ਸੰਦੋਖ ਕਿੱਥੋਂ ਲਾਵਾਂਗੇ? ਉਹ ਭਜਨ ਸਿਮਰਨ 'ਚੋਂ ਮਿਲਣਾ। ਜਿਉਂ ਜਿਉਂ ਅਸੀਂ ਭਜਨ ਸਿਮਰਨ ਕਰਾਂਗੇ, ਸਾਡੇ ਅੰਦਰ ਉਸ ਮਾਲਕ ਦਾ ਵਿਸ਼ਵਾਸ ਆਏਗਾ। ਇਸੇ ਵਾਸਤੇ ਅੱਗੇ ਵੀ ਕਈ ਵਾਰ ਦੱਸਿਆ ਹੈ, ਨਾ ਸੁੱਖ ਵਿੱਚ ਗ੍ਰਿਸਤੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਸੰਦੋਖ ਦੇ ਜਾਂ ਸੰਤਾਂ ਦੀ ਸ਼ਰਨ ਪਿਆ। ਕਿਤੇ ਵੀ ਭਾਈ ਸੁੱਖ ਨਹੀਂ, ਨਾ ਗ੍ਰਿਸਤੀ ਵਿੱਚ ਸੁੱਖ ਹੈ, ਨਾ ਛੱਡ ਕੇ ਜਾਂਦੇ ਆ ਤਦ ਵੀ ਸੁੱਖ ਨਹੀਂ। ਕਿਉਂ? ਜਿਹੜੇ ਛੱਡ ਕੇ ਚਲਾ ਜਾਂਦੇ ਜੰਗਲਾਂ ਦੇ ਵਿੱਚ ਸਾਧੂ, ਦੁਨੀਆ ਕੋਲੋਂ ਛੱਪ ਕੇ ਜਾਂਦੇ ਹੈ, ਔਰ ਫਿਰ ਜਦੋਂ ਮਨ ਅੰਦਰ ਇਹਨਾਂ ਦੇ ਰਾੜ ਚਾੜਦਾ ਹੈ, ਫਿਰ ਦੁਨੀਆ ਨੂੰ ਦੇਖਣ ਵਾਸਤੇ ਆ ਜਾਂਦੇ, ਫਿਰ ਇਸੇ ਦੁਨੀਆ ਨੂੰ ਦੇਖਣ ਵਾਸਤੇ ਘਰ ਘਰ ਮੰਗਦੇ ਫਿਰਦੇ ਹੈ, ਔਰ ਮਨ ਦੀ ਇੱਛਾ ਨੂੰ ਪੂਰਾ ਕਰਦੇ ਫਿਰਦੇ ਹੈ। ਸੁੱਖ ਹੈ ਵਿੱਚ ਸੰਦੋਖ ਦੇ ਜਾਂ ਸੰਤਾਂ ਦੀ ਸ਼ਰਨ ਪਿਆ। ਸੰਦੋਖ ਇਸ ਨੂੰ ਤਦ ਆਏਗਾ ਜਦ ਇਹ ਨਾਮ ਜਪੇਗਾ, ਨਾਮ ਜਪੇਗਾ ਫਿਰ ਇਹਦੇ ਅੰਦਰ ਵਿਸ਼ਵਾਸ ਆਉਣਾ ਸ਼ੁਰੂ ਹੋ ਜਾਏਗਾ ਈਸ਼ਵਰ ਦਾ, ਉਸ ਪਰਮਾਤਮਾ ਦਾ, ਕਿ ਜੋ ਮੇਰੀ ਕਿਸਮਤ ਹੈ, ਜੋ ਮੇਰੇ ਕਰਮਾਂ ਵਿੱਚ ਹੈ, ਉਹਨਾਂ ਕਰਮਾਂ ਨੂੰ ਕੋਈ ਅੱਗੇ ਪਿੱਛੇ ਨਹੀਂ ਕਰ ਸਕਦਾ। ਅਗਰ ਕੋਈ ਕਰਦਾ ਹੋਵੇ ਤਾਂ ਅਸੀਂ ਇੱਕ ਦੂਸਰੇ ਦੀ ਈਰਖਾ ਕਰਦੇ ਹੀ ਹਾਂ, ਅਸੀਂ ਕੀ ਕਰ ਲੈਂਦੇ ਹਾਂ? ਬੜੇ ਬੜੇ ਸ਼ਾਹੂਕਾਰਾਂ ਦੀਆਂ ਕੋਈ ਨਿੰਦਿਆ ਕਰਦਾ ਹੈ, ਕੋਈ ਅਫਸਰਾਂ ਦੀ ਨਿੰਦਿਆ ਕਰਦਾ ਹੈ, ਕੋਈ ਕਿਸੇ ਦੀ ਕਰਦਾ ਹੈ, ਅਤੇ ਕੀ ਕਰ ਲੈ ਕਿਆ ਕੋਈ ਉਹਨਾਂ ਨੂੰ, ਅਸੀਂ ਉਹਨਾਂ ਦਾ ਕੋਈ, ਉਹਨਾਂ ਦੀ ਕਿਸਮਤ ਅਸੀਂ ਲੈ ਸਕਦੇ ਹਾਂ? ਅਸੀਂ ਕੁਛ ਵੀ ਨਹੀਂ ਕਰ ਸਕਦੇ। ਅਸੀਂ ਆਪਣੇ ਆਪ 'ਤੇ ਹੀ ਜੋ ਸਾਨੂੰ ਪ੍ਰਭੂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਉਹਦੇ 'ਤੇ ਅਸੀਂ ਸੰਦੋਖ ਕਰੀਏ, ਪਰ ਸੰਦੋਖ ਤਦ ਹੀ ਆਏਗਾ ਜੇ ਅਸੀਂ ਭਜਨ ਕਰਾਂਗੇ। ਤਦ ਭਜਨ ਕਰਾਂਗੇ, ਸਾਡੇ ਅੰਦਰ ਠੰਡ ਪੈਦਾ ਹੋਏਗੀ, ਸਾਡੇ ਅੰਦਰੋਂ ਉਹ ਜਿਹੜੀ ਖੁਦਿਆ ਹੈ ਦੁਨੀਆ ਦੀ, ਉਹ ਪੈਦਾ
ਹੁੰਦੀ, ਉਹ ਸਾਡੇ ਅੰਦਰੋਂ ਜਾਏਗੀ ਔਰ ਸਾਡੇ ਅੰਦਰ ਵਿਸ਼ਵਾਸ ਪਰਮਾਤਮਾ ਦਾ ਆਏਗਾ, ਤਾਂ ਫਿਰ ਸਾਨੂੰ ਸੰਦੋਖ ਆਏਗਾ। ਇਸ ਤਰ੍ਹਾਂ ਨਹੀਂ, ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ, ਤੰਦਾ ਧਾਵਤ ਦਿਨ ਗਿਆ ਰਾਤ ਗਵਾਈ ਸੋਏ। ਭਾਈ ਇਹ ਤਾਂ ਆਮ ਲੋਕ ਕਰ ਰਹੇ ਹੈ, ਇਹ ਤਾਂ ਆਮ ਪਸ਼ੂ ਵੀ ਸੌਂ ਰਹੇ ਹੈ, ਪਰਿੰਦੇ ਵੀ ਸੌਂ ਰਹੇ ਹੈ, ਕੁੱਤੇ ਬਿੱਲੇ ਵੀ ਸੌਂ ਰਹੇ ਹੈ। ਜੇ ਤੂੰ ਵੀ ਸੌਂ ਗਿਆ ਤਾਂ ਕੀ ਫਾਇਦਾ? ਇਸ ਵਾਸਤੇ ਸਾਡਾ ਫਰਜ਼ ਹੈ ਕਿ ਅਸੀਂ ਇਨਸਾਨ ਹਾਂ, ਇਹ ਲਾਸਟ ਜਨਮ ਹੈ ਸਾਡਾ, ਇਸ ਤੋਂ ਅੱਗੇ ਸਾਨੂੰ ਕੋਈ ਜਨਮ ਨਹੀਂ ਮਿਲਣਾ, ਇਸ ਤੋਂ ਵਧੀਆ ਨਹੀਂ ਮਿਲਣਾ। ਅਸੀਂ ਸੁਬਾਹ ਉੱਠ ਕੇ ਰਾਤ ਦੇ ਸਮੇਂ ਥੋੜ੍ਹਾ ਬਹੁਤਾ ਉਸ ਪਰਮਾਤਮਾ ਦੇ ਵੱਲ ਧਿਆਨ ਦੇਈਏ, ਆਪਣੀ ਹਾਜ਼ਰੀ ਲਵਾਈਏ, ਤਾਂ ਕਿ ਹਾਜ਼ਰੀ ਦਾ ਵੀ ਕੋਈ ਮੁੱਲ ਹੁੰਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਹੈ, ਜਦੋਂ ਸਾਡੀ ਹਾਜ਼ਰੀ ਲੱਗੇਗੀ ਉਸ ਲਿਸਟ 'ਤੇ ਪਰਮਾਤਮਾ ਲਿਖੇਗਾ, ਅਤੇ ਜਦੋਂ ਵੀ ਸਾਰਿਆਂ ਦੀ ਬੁਲਾਈ ਹੋਏਗੀ ਤਾਂ ਸਾਡਾ ਵੀ ਨਾਂ ਵਿੱਚ ਆ ਜਾਏਗਾ, ਸਾਡਾ ਵੀ ਨਾਂ ਵਿੱਚ ਆ ਜਾਏਗਾ। ਜਦੋਂ ਹਾਜ਼ਰੀ ਲੱਗਦੀ ਹੈ ਸਾਰਿਆਂ ਦੀ, ਫਿਰ ਨਾਂ ਸਾਡਾ ਵੀ ਆ ਜਾਏਗਾ। ਜਿਹਦਾ ਨਾਂ ਵਿੱਚ ਲਿਖਿਆ ਨਹੀਂ ਗਿਆ ਉਸ ਲਿਸਟ 'ਤੇ, ਉਹਦਾ ਨਾਂ ਆਵੇਗਾ ਕਿੱਦਾਂ, ਕਿਸ ਤਰ੍ਹਾਂ ਪ੍ਰਭੂ ਬੋਲੇਗਾ? ਹਾਂਜੀ, ਤੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ। ਗੁਰੂ ਸਾਹਿਬ ਜੀ ਨਾਲ ਨਾਲ ਹੀ ਫਾਇਦਾ ਔਰ ਨੁਕਸਾਨ ਦੱਸ ਰਹੇ ਹੈ ਕਿ ਅਸੀਂ ਫਿਰ ਕੀ ਕੰਮ ਕੀਤਾ। ਕੂੜ ਬੋਲਿਆ, ਬਿਖ ਖਾਇਆ, ਬਿਖ ਕਮਾਈ, ਬਿਖ ਖਾਣੀ, ਜੋ ਅਸੀਂ ਕਮਾਉਣਾ ਸੋ ਹੀ ਅਸੀਂ ਖਾਣਾ ਹੈ, ਔਰ ਮਨਮੁੱਖ ਚੱਲਿਆ ਰੋਏ। ਇਹ ਸਮਾਂ ਜਦ ਆ ਜਾਂਦਾ ਹੈ ਫਿਰ ਮਨਮੁੱਖ ਜੀਵ ਜਿਹੜਾ ਪਛਤਾਉਂਦਾ ਹੈ ਕਿ ਮੈਂ ਕੀ ਕੀਤਾ, ਵਕਤ ਮੇਰਾ ਲੰਘ ਗਿਆ, ਸਮਾਂ ਚਲਾ ਗਿਆ, ਮੈਂ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ। ਮਨਮੁੱਖ ਜੀਵ ਫਿਰ ਰੋਂਦਾ ਹੈ, ਪਿੱਟਦਾ ਹੈ, ਫਿਰ ਪੇਸ਼ ਨਹੀਂ ਜਾਂਦੀ, ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆਂ ਖਾਇਆ ਖੇਤ, ਫਿਰ ਪਛਤਾਇਆ ਕੀ ਬਣ ਸਕਦਾ ਜਦ ਚਿੜੀਆਂ ਖੇਤ ਖਾ ਗਈਆਂ, ਫਿਰ ਕੁਛ ਨਹੀਂ ਬਣ ਸਕਦਾ। ਇਸ ਨੂੰ ਪਹਿਲਾਂ ਹੀ ਆਪਣੇ ਖੇਤ ਦੀ ਰਾਖੀ ਕਰਨੀ ਬਹੁਤ ਜ਼ਰੂਰੀ ਹੈ। ਹਾਂਜੀ, ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ, ਸਿਰ ਉੱਪਰ ਜਮ ਡੰਡ ਹੈ ਦੂਜੇ ਪਾਏ ਪਾਤ ਖੋਏ। ਦੇਖੋ ਸੰਤ ਕਿਤਨੇ ਦਰਦ ਨਾਲ ਸਾਨੂੰ ਇੱਕ ਡਰ ਵੀ ਪਾ ਰਹੇ ਹੈ ਔਰ ਹੈ ਵੀ ਸਹੀ ਗੱਲ ਹੈ ਕਿ ਸਾਡੇ ਸਿਰ ਦੇ ਉੱਤੇ ਉਹ ਜਮ ਦੂਤਾਂ ਦਾ ਡੰਡਾ ਹੈ।
ਮੂਸੇ ਪੈਗੰਬਰ ਨੂੰ ਜਦੋਂ ਮੌਤ ਮਿਲੀ, ਪੁੱਛਿਆ ਤੂੰ ਕੌਣ ਹੈ? ਮੌਤ ਨੇ ਕਿਹਾ ਮੈਂ ਮੌਤ ਹਾਂ। ਕਿਹਦੀ ਹੈ? ਮੂਸੇ ਦੀ। ਅਤੇ ਮੂਸਾ ਪੈਗੰਬਰ ਨੱਸ ਕੇ ਕਤੂਰ ਪਹਾੜ ਪਰ ਚਲਾ ਗਿਆ। ਇੱਥੇ ਕਿੱਥੇ ਆਉਣ ਲੱਗੀ ਹੈਗੀ? ਜਦੋਂ ਉੱਥੇ ਗਿਆ ਤਾਂ ਅੱਗੇ ਦਰਖਤ ਦੇ ਨਾਲ ਉਹ ਲੜਕੀ ਸੀ ਅਤੇ ਪੁੱਛਿਆ ਤੂੰ ਕੌਣ ਹੈ? ਉਸਨੇ ਕਿਹਾ ਮੈਂ ਮੌਤ ਹਾਂ। ਕਿਹਦੀ ਹੈ? ਮੂਸੇ ਦੀ। ਉੱਥੇ ਮੂਸੇ ਪੈਗੰਬਰ ਨੇ ਕਿਹਾ ਮੂਸਾ ਨੱਠਾ ਮੌਤ ਸੇ ਅੱਗੇ ਮੌਤ ਖੜੀ। ਭਾਈ ਅਸੀਂ ਉਹਦੇ ਤੋਂ ਕਿੱਥੋਂ ਨੱਸ ਕੇ ਚਲੇ ਜਾਵਾਂਗੇ? ਉਹ ਜਮਦੂਤਾਂ ਦਾ ਡੰਡਾ ਸਾਡੇ ਸਿਰ 'ਤੇ ਖੜਕਣਾ ਹੈ। ਅਸੀਂ ਕਿਸ ਤਰ੍ਹਾਂ ਅਸੀਂ ਲੁਕਾਂਗੇ? ਕਿੱਥੇ ਲੁਕਾਂਗੇ? ਕੀ ਕਰਾਂਗੇ? ਕੀ ਜਵਾਬ ਦੇਵਾਂਗੇ? ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਸ਼ਟਮ ਦਾ ਮਾਲ ਜਿਹਦੇ ਕੋਲ ਹੁੰਦਾ ਹੈ ਉਹਨੇ ਕਸ਼ਟਮ 'ਤੇ ਖੜੋਣਾ ਹੀ ਪੈਂਦਾ, ਹਿਸਾਬ ਦੇਣਾ ਹੀ ਪੈਂਦਾ। ਕੀ ਕਰੇਗਾ? ਕਿੱਥੇ ਜਾਏਗਾ? ਕਿਸ ਤਰ੍ਹਾਂ ਲੁਕਾਏਗਾ? ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਸਾਡੇ ਪਿੱਛੇ ਭੰਡਾਰੇ ਦੇ ਵਿੱਚ ਦੋ ਬੀਬੀਆਂ ਆਈਆਂ, ਇੱਕ ਦੀ ਉਹ ਗਾਨੀ ਜੀ ਖੋਲ੍ਹ ਲਈ ਤਾਂ ਬੀਬੀਆਂ ਰੌਲਾ ਪਾਇਆ ਅਤੇ ਉਹਨੇ ਫਟਾਫਟ ਮੂੰਹ 'ਚ ਪਾਈ ਦੀ ਲੰਘਾ ਲਈ, ਉਹਨੇ ਅੰਦਰ ਲੰਘਾ ਲਈ, ਖਾ ਗਈ। ਉਹ ਫੜ ਕੇ ਉਹਨੂੰ ਹਸਪਤਾਲ ਲੈ ਗਏ, ਉੱਥੇ ਅਲਟਰਾਸਾਊਂਡ ਕੀਤਾ ਅਤੇ ਉਹ ਵਿੱਚ ਆਵੇ। ਗਾਨੀ ਜੀ ਆਵੇ ਸਾਡੇ ਕੋਲ ਆ ਕੇ ਕਹਿਣ ਲੱਗੇ ਜੀ ਇਹਨੇ ਗਾਨੀ ਖੋਲ੍ਹੀ ਹੈ। ਮੈਂ ਕਿਹਾ ਇਹਨੂੰ ਭਰਾਵਾ ਇਹਨੂੰ ਕੱਢੋ ਘਰੋਂ, ਕਿਤੇ ਮਰਜ ਕਹੀ ਅਤੇ ਹੋਰ ਸਿਆਪਾ ਪਾਉ ਸਾਨੂੰ। ਮੈਂ ਕਿਹਾ ਅਸੀਂ ਨਹੀਂ ਗਾਨੀ ਗੁਣੀ ਲੈਂਦੇ, ਮੈਂ ਇਹਨੂੰ ਜਾਣ ਦਿਓ। ਹੁਣ ਅਲਟਰਾਸਾਊਂਡ 'ਤੇ ਆਉਣੀ ਤਾਂ ਹੈ ਸੀ, ਉਹ ਜਿੱਥੇ ਆਈ ਸੀ ਆਉਣੀ ਆਉਣੀ ਸੀ। ਉਹ ਕਿੱਥੇ ਛਾਪੇ? ਉਹਨੇ ਮੂੰਹ 'ਚ ਤਾਂ ਪਾ ਲਈ ਪਰ ਉਹ ਸਾਹਮਣੇ ਲੱਭਿਆ। ਇਸ ਤਰ੍ਹਾਂ ਸਾਡਾ ਕਰਮ ਜਿਹੜਾ ਜੋ ਵੀ ਅਸੀਂ ਕਰਾਂਗੇ ਅਸੀਂ ਲੁਕਾਵਾਂਗੇ ਕਿੱਥੇ? ਕਿਸ ਤਰ੍ਹਾਂ ਅਸੀਂ ਲੁਕਾ ਸਕਦੇ ਹਾਂ? ਜਦੋਂ ਅਲਟਰਾਸਾਊਂਡ ਹੋਇਆ ਉਹਨੇ ਉਹ ਸਾਹਮਣੇ ਆਉਣਾ, ਸਾਰਾ ਕੁਛ ਲਿਖਿਆ ਜਾਣਾ ਹੈਗਾ। ਅਸੀਂ ਉਹਨਾਂ ਨੂੰ ਸੇਵਾਦਾਰਾਂ ਨੂੰ ਕਿਹਾ ਵੀ ਇਹਨੂੰ ਤੂੰ ਚੁੱਪ ਕਰਕੇ ਅਤੇ ਬੱਸ 'ਤੇ ਬਿਠਾਓ, ਇਹ ਚਲੇ ਜਾਵੇ ਜਿੱਧਰੋਂ ਆਈ ਹੈ। ਅਸੀਂ ਨਹੀਂ ਲੈਂਦੇ ਗਾਨੀ ਗੁਨੀ, ਕਿਤੇ ਮਰ ਗਏ ਅਤੇ ਹੋਰ ਸਿਆਪਾ ਪੈਣਾ ਹੀ। ਮੈਂ ਕਿਹਾ ਇਸ ਵਾਸਤੇ ਸਾਡਾ ਕਰਮ ਛਪ ਨਹੀਂ ਸਕਦਾ, ਕਿੱਥੇ ਛਪਾਵਾਂਗੇ, ਕਿੱਥੇ ਲੁਕਾਵਾਂਗੇ ਅਸੀਂ? ਹਾਂਜੀ। ਸਿਰ ਉੱਪਰ ਜਮ ਡਾਂਡ ਦੂਜੇ ਪਾਏ ਪਾਤ ਖੋਏ, ਹਰ ਨਾਮ ਕਦੇ ਨਾ ਚੇਤੇ ਓ, ਫਿਰ ਆਵਣ ਜਾਣਾ ਹੋਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਹਰ ਨਾਮ ਕਦੇ ਨਾ ਚੇਤਿਓ। ਤੂੰ ਕਦੇ ਵੀ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਇਸ ਵਾਸਤੇ ਤੇਰਾ ਆਉਣਾ ਜਾਣਾ ਜਿਹੜਾ ਹੈ ਉਹ ਬਣਿਆ ਰਿਹਾ। 84 ਵਿੱਚ ਚਲਾ ਗਿਆ, ਕਦੇ ਤੂੰ ਪਸ਼ੂ ਬਣ ਗਿਆ, ਕਦੇ ਪਰਿੰਦਾ ਬਣ ਗਿਆ, ਕਦੇ ਕੁੱਤਾ ਬਿੱਲਾ ਬਣ ਗਿਆ, ਕੀੜਾ ਮਕੌੜਾ ਬਣ ਗਿਆ। ਹਰ ਜਨਮ ਦੇ ਵਿੱਚ ਤੈਨੂੰ ਆਉਣਾ ਪਏਗਾ, ਇਹ ਤੇਰਾ ਆਉਣਾ ਜਾਣਾ ਮੁੱਕ ਨਹੀਂ ਸਕਦਾ। ਸਾਡਾ ਆਉਣਾ ਜਾਣਾ ਮੁੱਕ ਤਦ ਹੀ ਸਕਦਾ ਜੇ ਈਸ਼ਵਰ ਦੀ ਭਗਤੀ ਕਰੀਏ।
ਈਸ਼ਵਰ ਦੀ ਭਗਤੀ ਕਰਾਂਗੇ, ਸਾਡਾ ਆਉਣਾ ਜਾਣਾ ਮੁੱਕ ਜਾਏਗਾ, ਅਸੀਂ ਆਪਣੇ ਦੇਸ਼ ਚਲੇ ਜਾਵਾਂਗੇ, ਸਾਡੀ ਕਲਿਆਣ ਹੋ ਜਾਏਗੀ। ਆਉਣ ਜਾਣ ਦੇ ਵਿੱਚ, ਜਨਮ ਲੈਣ ਦੇ ਵਿੱਚ ਕੋਈ ਸੁੱਖ ਨਹੀਂ ਜੀਵ ਨੂੰ। ਇੱਕ ਮੁਸਲਮਾਨ ਫਕੀਰ ਨੇ ਫਰਮਾਇਆ ਹੈ, ਕਿਉਂ ਜਿਹਨਾਂ ਫਕੀਰਾਂ ਨੂੰ, ਜਿਹਨਾਂ ਦੀ ਅੱਖ ਖੁੱਲ੍ਹੀ, ਉਹ ਸਭ ਕੁਝ ਜਾਣਦੇ ਹੈ। ਦੱਸਿਆ 1000 ਠੂਏ ਦੀ ਦਰਦ ਜੀਵ ਜਦ ਦੁਨੀਆਂ ਤੋਂ ਜਾਂਦਾ ਹੈ, ਮਰਦਾ ਹੈ, ਉਸ ਵਕਤ ਹੁੰਦੀ ਹੈ। 1000 ਠੂਏ ਦੀ ਦਰਦ ਜਦ ਪੈਦਾ ਹੁੰਦਾ, ਉਸ ਵਕਤ ਹੁੰਦੀ ਹੈ। ਔਰ ਦੋਵੇਂ ਵਸਤਾਂ ਜੀਵ ਦੀਆਂ ਐਸੀਆਂ ਨੇ ਕਿ ਬੇਜ਼ਬਾਨ ਹੈ, ਇਹ ਆਪਣੇ ਦੁੱਖ ਨੂੰ ਦੱਸ ਨਹੀਂ ਸਕਦਾ, ਬੋਲ ਨਹੀਂ ਸਕਦਾ। ਜਿਸ ਜੀਵ ਨੇ ਮਾੜੇ ਕਰਮ ਕੀਤੇ ਹੈ, ਉਸ ਵਕਤ ਵੀ ਜਦ ਜਮ ਦੂਤ ਇਸ ਨੂੰ ਮਾਰ ਕੁੱਟ ਕਰਦੇ ਹੈ ਅਤੇ ਇਹਨੂੰ ਤਕਲੀਫ ਹੁੰਦੀ ਹੈ। ਕਈਆਂ ਦੀ 8-8 ਦਿਨ, 10-10 ਦਿਨ ਜ਼ਬਾਨ ਬੜੀ ਪਹਿਲਾਂ ਹੀ ਬੰਦ ਹੋ ਜਾਂਦੀ, ਉਹ ਆਪਣੇ ਦੁੱਖ ਨੂੰ ਦੱਸ ਨਹੀਂ ਸਕਦਾ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਭਾਈ, ਬਗੈਰ ਈਸ਼ਵਰ ਦੀ ਭਗਤੀ ਦੇ ਤੇਰਾ ਆਉਣਾ ਜਾਣਾ ਬਣਿਆ ਰਹੇਗਾ, ਇਹਦੇ ਵਿੱਚ ਸੁੱਖ ਨਹੀਂ ਹੈ। ਸਾਰੇ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਤੇ ਆਏ ਹੈ, ਉਹ ਕਹਿੰਦੇ ਆਪਣਾ 84 ਦਾ ਚੱਕਰ ਮੁਕਾ ਲੈ, ਇਹ ਮਨੁੱਖਾ ਜਨਮ ਤੈਨੂੰ ਮਿਲਿਆ, ਲਾਸਟ ਜਨਮ ਮਿਲਿਆ ਹੈ, ਇਸ ਤੋਂ ਅੱਗੇ ਤੈਨੂੰ ਕੋਈ ਵੀ ਅੱਛਾ ਜਨਮ ਨਹੀਂ ਮਿਲਣਾ। ਔਰ ਸਾਡਾ ਫਰਜ਼ ਹੈ ਕਿ ਅਸੀਂ ਸਾਧ ਸੰਗਤ ਦੀ ਸੇਵਾ ਔਰ ਭਜਨ ਸਿਮਰਨ ਕਰੀਏ, ਤਾਂ ਕਿ ਅਸੀਂ ਉਸ ਮੁਸ਼ਕਲ ਵਿੱਚ ਜਾਂ ਉਹਨਾਂ ਦੁੱਖਾਂ ਦੇ ਵਿੱਚ ਨਾ ਫਸੀਏ। ਹਾਂਜੀ, ਹਰ ਨਾਮ ਕਦੇ ਨਾ ਚੇਤੇ ਓ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੈ ਕੋਏ। ਜਦੋਂ ਵੀ ਇਹ ਜੀਵ ਨਾਮ ਜਪੇਗਾ, ਸੋ ਜਮਦੂਤ ਇਹਦੇ ਨਜ਼ਦੀਕ ਨਹੀਂ ਆ ਸਕਦੇ। ਗੁਰੂ ਸਾਹਿਬ ਨੇ ਬਾਣੀ 'ਚ ਫਰਮਾਇਆ ਹੈ, ਸ਼ਬਦ ਸੁਣੇ ਸੋ ਦੂਰੋਂ ਭਾਗੇ, ਮਤ ਮਾਰੇ ਜੀਉ ਬੇਪਰਵਾਹ। ਸ਼ਬਦ ਸੁਣ ਕੇ ਇਹ ਜਮਦੂਤ ਦੂਰੋਂ ਹੀ ਨੱਸ ਜਾਂਦੇ ਹੈ, ਇਹ ਉਸ ਜੀਵ ਦੇ ਲਾਗੇ ਨਹੀਂ ਆ ਸਕਦੇ। ਪਰ ਜਿਹਦੇ ਪਾਸ ਉਹ ਸ਼ਬਦ ਹੈ ਨਹੀਂ, ਜਿਸ ਨਾਮ ਜਪਦਾ ਹੀ ਨਹੀਂ, ਜਮਦੂਤਾਂ ਉਹਦੇ ਪਾਸ ਤਾਂ ਆਉਣਾ ਹੀ ਆਉਣਾ, ਹਿਸਾਬ ਕਿਤਾਬ ਲੈਣ 'ਤੇ ਆਉਣਾ ਹੀ ਹੈ, ਕਿਉਂ ਨਾ ਆਏਗਾ। ਪਿੱਛੇ ਦੱਸਿਆ ਕਿ ਜਿਹਦੇ ਪਾਸ ਕਸਟਮ ਵਾਲੀ ਚੀਜ਼ ਹੈ, ਉਹਨੇ ਕਸਟਮ 'ਤੇ ਖਲੋਣਾ ਹੀ ਖਲੋਣਾ ਹੈ, ਉਸਨੇ ਆਪਣਾ ਹਿਸਾਬ ਦੇਣਾ ਹੀ ਦੇਣਾ, ਕੀ ਕਰੇਗਾ, ਕਿੱਦਾਂ ਛਪਾਲੇਗਾ। ਜਿਹੜੇ ਸਾਡੇ ਕਰਮ ਨੂੰ ਛੁਪ ਸਕਦੇ ਹੈ, ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੈ ਕੋਏ।
ਨਾਨਕ ਸਹਿਜ ਮਿਲ ਰਹੇ ਕਰਮ ਪ੍ਰਾਪਤ ਹੋਏ। ਗੁਰੂ ਨਾਨਕ ਦੇਵ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਭਾਈ ਹਰ ਕਰਮ ਜਿਹੜਾ ਹੈ, ਕੋਈ ਵੀ ਦੁਨੀਆ ਦਾ ਤੁਸੀਂ ਕੰਮ ਕਰੋ, ਉਹ ਜਗਦਮ ਪ੍ਰਾਪਤ ਨਹੀਂ ਹੁੰਦਾ, ਜਗਦਮ ਨਹੀਂ ਮਿਲਦਾ, ਸਹਿਜੇ ਸਹਿਜੇ ਹਰ ਚੀਜ਼ ਵੱਧਦੀ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਤੁਸੀਂ ਇੱਕ ਪਾਸੇ ਕਿੱਕਰਾਂ ਦਾ ਬੂਟਾ ਦਰਖਤ ਲਗਾ ਦਿਓ, ਇੱਕ ਪਾਸੇ ਅੰਬਾਂ ਦਾ ਲਗਾ ਦਿਓ, ਉਹ ਸਹਿਜੇ ਸਹਿਜੇ ਵਧਣਗੇ ਔਰ ਫਲ 'ਤੇ ਪਤਾ ਲੱਗੇਗਾ ਕਿ ਫਲ ਕਿਹਦਾ ਚੰਗਾ ਹੈ। ਮਾੜਾ ਕਰਮ ਵੀ ਜਿਹੜਾ ਉਹ ਵੀ ਸਹਿਜੇ ਸਹਿਜੇ ਵੱਧਦਾ ਹੈ, ਚੰਗਾ ਕੰਮ ਵੀ ਸਹਿਜੇ ਸਹਿਜੇ ਵੱਧਦਾ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਸਹਿਜੇ ਸਹਿਜੇ ਤੈਨੂੰ ਉਹ ਵਰ ਪ੍ਰਾਪਤ ਹੋ ਜਾਏਗਾ, ਤੈਨੂੰ ਉਹ ਮਿਲ ਜਾਏਗਾ। ਕਈ ਵਾਰ ਅੱਗੇ ਦੱਸਿਆ ਕਿ ਕੋਈ ਰਾਜਾ ਜਸ ਜਿਹੜਾ ਸੀ ਉਹਦੇ ਰਾਜ ਦੇ ਵਿੱਚ ਫਕੀਰ ਸੀ, ਉਹ ਫਕੀਰ ਕਮਾਈ ਵਾਲਾ ਸੀ, ਰੋਜ਼ ਦਾ ਰੋਜ਼ ਸ਼ਹਿਰ ਵਿੱਚ ਆਉਣਾ ਅਤੇ ਉਸ ਨੇ ਮੰਗ ਕੇ ਲੈ ਜਾਣਾ ਜਿਹੜਾ ਥੋੜ੍ਹਾ ਬਹੁਤਾ ਜਿੰਨਾ ਕੁ ਖਾਣਾ ਵਰਤਣਾ ਓਨਾ ਹੀ ਲੈਣਾ। ਇੱਕ ਦਿਨ ਕੁਦਰਤ ਹੀ ਕਿਤੇ ਰਾਜੇ ਦੇ ਤਬੇਲੇ ਵੱਲ ਚਲਾ ਗਿਆ, ਜਿੱਧਰ ਉਹਦੇ ਘੋੜੇ ਘਾਲੇ ਵਧੇ ਸੀ, ਉੱਥੇ ਰਾਜਾ ਕੁਦਰੇ ਦੇਖ ਰਿਹਾ ਸੀ। ਉਸ ਨੇ ਸਦਾ ਕੀਤੀ ਅਤੇ ਰਾਜੇ ਨੇ ਹੰਕਾਰ ਵਿੱਚ ਆ ਕੇ ਕਿਹਾ ਕਿ ਮੈਂ ਤੈਨੂੰ ਲਿੱਧ ਪਾ ਦੇਵਾਂ, ਇੱਥੇ ਲਿੱਧ ਹੈ ਮੇਰੇ ਪਾਸ। ਫਕੀਰ ਨੇ ਕਿਹਾ, ਮਹਾਰਾਜ ਮੈਂ ਕੀ ਕਹਿ ਸਕਦਾ ਤੁਹਾਨੂੰ, ਇਹ ਤਾਂ ਤੁਹਾਡੀ ਇੱਛਾ ਹੈ, ਜੋ ਤੁਸੀਂ ਪਾ ਸਕਦੇ ਹੋ ਪਾ ਦਿਓ, ਤੁਹਾਡੀ ਮਰਜ਼ੀ ਹੈ। ਹੁਣ ਮੰਗਤ ਨੂੰ ਕੀ ਹੁੰਦਾ ਹੈ ਕਿ ਤੁਸੀਂ ਥੋੜ੍ਹਾ ਪਾ ਦਿਓ, ਬਹੁਤਾ ਪਾ ਦਿਓ, ਜੋ ਮਰਜ਼ੀ ਮੰਗਣ ਦਾ ਜਿਹੜਾ ਆਇਆ ਉਹਨੂੰ ਜੋ ਮਰਜ਼ੀ ਦੇ ਦਿਓ। ਉਹਨੇ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਲਿੱਧ ਪਾ ਦਿੱਤੀ। ਦੇਖੋ ਹੁਣ ਕਰਮ ਕਿਸ ਤਰ੍ਹਾਂ ਵੱਧਦਾ ਹੈ। ਉਸ ਨੇ ਆਪਣੇ ਕੁਠੀਏ ਦੇ ਪਿਛਲੇ ਪਾਸੇ ਢੇਰੀ ਲਾ ਦਿੱਤੀ, ਹੁਣ ਉਹ ਕਰਮ ਵਧਣ ਲੱਗਾ, ਉਹ ਲੇਦੀ ਹੀ ਵਧਣਾ ਸ਼ੁਰੂ ਹੋ ਗਈ, ਉਹ ਬਹੁਤ ਵੱਡਾ ਢੇਰ ਬਣ ਗਿਆ। ਰਾਜਾ ਕਿਤੇ ਜੰਗਲ ਦੇ ਸੈਰ ਗਿਆ, ਪਿਆਸ ਲੱਗੀ, ਉਸ ਮਹਾਤਮਾ ਦੀ ਕੁਠੀਆ 'ਚ ਆ ਗਿਆ, ਦੇਖਦਾ ਹੈ ਕਿ ਇਹਦੇ ਪਾਸ ਕੋਈ ਘੋੜਾ ਟੱਟੂ ਹੈ ਨਹੀਂ, ਅਤੇ ਲਿੱਧ ਕਿੱਥੋਂ ਆਈ ਹੈ। ਪਿਛਲੇ ਰਾਜਿਆਂ ਨੂੰ ਇਹ ਸ਼ੱਕ ਪੈ ਜਾਂਦਾ ਹੁੰਦਾ ਸੀ, ਕੋਈ ਕਿਸੇ ਰਾਜੇ ਦੀ ਸੈਨਾ ਤਾਂ ਨਹੀਂ ਆਈ, ਕੋਈ ਮੇਰੇ 'ਤੇ ਝਗੜਾ ਦਾ ਹਮਲਾ ਤਾਂ ਨਹੀਂ ਕਰਨ ਵਾਲੇ ਆਏ, ਕੋਈ ਕਿਸ ਤਰ੍ਹਾਂ ਆਏ। ਮਹਾਤਮਾ ਨੂੰ ਪੁੱਛਿਆ, ਮਹਾਤਮਾ ਜੀ ਇਹ ਲਿੱਧ ਕਿੱਥੋਂ ਆਈ ਹੈ। ਮਹਾਤਮਾ ਨੇ ਕਿਹਾ ਕਿ ਇੱਕ ਪ੍ਰੇਮੀ ਨੇ ਸਾਨੂੰ ਪਿੱਛਿਆ ਪਾਈ ਸੀ, ਅਤੇ ਉਹਦੀ ਇਹ ਇੱਛਾ ਜਿਹੜੀ ਹੈ, ਦਾਨ ਕੀਤਾ ਜਿਹੜਾ, ਇਹ ਵੱਧ ਰਿਹਾ ਅਤੇ ਉਸ ਨੇ ਖਾਣਾ ਹੈ, ਇਹ ਉਸ ਨੂੰ ਮਿਲਣਾ ਹੈ। ਬਾਣੀ 'ਚ ਵੀ ਲਿਖਿਆ, ਜੋ ਲੂਣੇ ਸੋ ਵਾਢੇ, ਜੋ ਤੂੰ ਬੀਜੇਗਾ ਸੋ ਖਾਏਗਾ। ਕੌਣ ਸੀ ਜੀ ਉਹ? ਉਹ ਰਾਜਾ ਜਸ ਸੀ। ਜਦੋਂ ਨਾਂ ਲਿਆ ਤਾਂ ਰਾਜਾ ਗਸ਼ ਖਾ ਕੇ ਡਿੱਗ ਪਿਆ, ਕਹਿੰਦਾ ਉਹ ਤਾਂ ਨਕਰਮਾ ਮੈਂ ਆ। ਮਹਾਰਾਜ ਮੈਂ ਇਹ ਲਿੱਧ ਕਿਸ ਤਰ੍ਹਾਂ ਖਾਵਾਂਗਾ,
ਕਹਿੰਦੇ ਭਾਈ ਇਹ ਤੇਰਾ ਦਾਨ ਹੈ, ਤੇਰਾ ਦਾਨ ਵਧਿਆ ਹੈ, ਇਹ ਤੂੰ ਹੀ ਖਾਣਾ, ਹੋਰ ਕੌਣ ਖਾ ਸਕਦਾ ਹੈ। ਦੇਖੋ ਮਹਾਂਪੁਰਖਾਂ 'ਚ ਫਿਰ ਦਇਆ ਆਉਂਦੀ ਹੈ। ਖਸ਼ਾਮਤਾਂ ਕਰਨ ਲੱਗਾ, ਮਿੰਨਤਾਂ ਕਰਨ ਲੱਗਾ, ਰੋਣ ਪਿੱਟਣ ਲੱਗਾ ਕਿ ਮਹਾਰਾਜ ਮੈਂ ਕਿਸ ਤਰ੍ਹਾਂ ਖਾਵਾਂਗਾ, ਮੇਰੇ 'ਤੇ ਕਿਰਪਾ ਕਰੋ। ਮਹਾਂਪੁਰਖਾਂ ਨੇ ਫਿਰ ਉਹਨੂੰ ਤਰੀਕਾ ਦੱਸਿਆ, ਇਸ ਤਰ੍ਹਾਂ ਕਰ ਕੇ ਇਸ ਲਿਦ ਨੂੰ ਪਾਣੀ ਦੇ ਵਿੱਚ ਸਾਫ਼ ਕਰ, ਸਾਫ਼ ਕਰ, 5-7 ਪਾਣੀਆਂ ਦੇ ਵਿੱਚ ਸਾਫ਼ ਕਰ। ਉਹ ਮੈਲ ਮੂਲ ਸਾਰੀ ਲੱਥ ਗਈ, ਧੁੱਜ ਗਈ, ਕੱਖ ਜੇ ਰਹਿ ਗਏ। ਜਿਹੜੇ ਉਹ ਕੱਖ ਰਹਿ ਗਏ ਸਨ, ਕਹਿਣ ਲੱਗੇ ਇਹਨਾਂ ਨੂੰ ਸੁਕਾ ਕੇ ਇਹਨਾਂ ਨੂੰ ਕੁੰਡੀ ਵਿੱਚ ਕੁੱਟ ਕੇ ਅਤੇ ਆਪਣੇ ਕਿਸੇ ਡੱਬੀ ਡੁੱਬੀ 'ਚ ਪਾ ਲਈ, ਜਦੋਂ ਵੀ ਤੂੰ ਖਾਣਾ ਖਾਣ ਲੱਗੇਗਾ ਚੂੰਡੀ ਭਰ ਕੇ ਉਸ ਖਾਣੇ ਵਿੱਚ ਪਾ ਲਈ, ਖਾਣਾ ਤੈਨੂੰ ਪੈਣੀ ਹੈ। ਤੈਨੂੰ ਤਰੀਕਾ ਦੱਸ ਦਿੰਦੇ ਹਾਂ, ਸੌਖਾ ਹੋ ਗਿਆ ਆ, ਘੱਟ ਗਿਆ ਤੇਰਾ ਕਰਮ, ਲੇਕਿਨ ਖਾਣਾ ਜ਼ਰੂਰ ਪੈਣੀ। ਇਸ ਤਰ੍ਹਾਂ ਭਾਈ ਹਰ ਕਰਮ ਜਿਹੜਾ ਹੈ ਉਹ ਸਹਿਜੇ ਸਹਿਜੇ ਵੱਧਦਾ ਹੈ, ਖੋਟਾ ਕਰਮ ਵੀ ਸਹਿਜੇ ਵੱਧਦਾ ਹੈ ਔਰ ਚੰਗਾ ਵੀ ਸਹਿਜੇ ਵੱਧਦਾ ਹੈਗਾ। ਹਾਂਜੀ, ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ, ਮਨ ਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਗੁਰੂ ਸਾਹਿਬ ਜੀ ਮਨਮੁਖ ਦੇ ਬਾਰੇ ਫਰਮਾ ਰਹੇ ਹੈ ਕਿ ਮਨਮੁਖ ਜਿਹੜਾ ਉਹ ਬੋਲਣਾ ਵੀ ਨਹੀਂ ਜਾਣਦਾ, ਉਹਦੇ ਅੰਦਰ ਕਾਮ ਕ੍ਰੋਧ ਅਹੰਕਾਰ ਹੈ। ਜਿਹਦੇ ਅੰਦਰ ਕਾਮ ਕ੍ਰੋਧ ਹੰਕਾਰ ਹੈ ਉਹਨੂੰ ਬੋਲਣਾ ਵੀ ਨਹੀਂ ਆਉਂਦਾ, ਉਹ ਜੋ ਕੁਛ ਸਮਝਦਾ ਉਹ ਸਮਝਦਾ ਕਿ ਮੈਂ ਹੀ ਹਾਂ, ਜੋ ਕੁਛ ਹੈਗਾ ਮੇਰੇ ਵਗੈਰਾ ਹੋਰ ਕੋਈ ਹੈ ਹੀ ਨਹੀਂ, ਮੈਂ ਹੀ ਅਕਲਵੰਦ ਹਾਂ, ਮੈਂ ਹੀ ਸਮਝਦਾਰ ਹਾਂ। ਕਿਉਂਕਿ ਮਨ ਇਤਨਾ ਸ਼ੈਤਾਨ ਹੈ, ਇਸ ਨੇ ਬੜੇ ਬੜਿਆਂ ਨੂੰ ਹੀ ਮਿੱਟੀ 'ਚ ਮੇਲ ਦਿੱਤਾ ਹੈਗਾ। ਬੜੇ ਬੜੇ ਦੁਨੀਆ 'ਤੇ ਜੋਗੀ ਸ਼ਰਾਏ, ਜੋਗੀ ਆਏ, ਤਪੱਸੀ ਆਏ, ਜਾਣੇ ਜਦੋਂ ਮਨ ਦੇ ਆਖੇ ਲੱਗੇ ਮਨ ਨੇ ਮਿੱਟੀ 'ਚ ਮੇਲ ਦਿੱਤਾ ਸਾਰਿਆਂ ਨੂੰ। ਇਸੇ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਹੈ, ਗੁਰ ਕਹੇ ਕਰੋ ਤੁਮ ਸੋਈ, ਮਨ ਕੇ ਚੱਲੋ ਮਤ ਕੋਈ। ਇਹ ਸੰਤਾਂ ਨੂੰ ਪਤਾ ਹੈ ਕਿ ਮਨ ਸ਼ੈਤਾਨ ਕਿਤਨਾ ਹੈ, ਔਰ ਮਨ ਦਾ ਕੋਈ ਇੱਕ ਮੂੰਹ ਨਹੀਂ, ਇਹ ਬਰੂਪੀਆਂ ਦੀ ਤਰ੍ਹਾਂ ਕਈ ਲੱਛਣ ਬਣਾ ਲੈਂਦਾ ਹੈ, ਕਿਸੇ ਕਈ ਤਰ੍ਹਾਂ ਦੇ ਨਾਲ ਬੰਦੇ ਨੂੰ ਠੱਗ ਲੈਂਦਾ ਹੈ। ਬਰੂਪੀ ਜਿਹੜੇ ਹੈ, ਇੱਕ ਵਾਰ ਅਸੀਂ ਦੌਰੇ ਗਏ ਜੰਡਿਆਲੇ ਵਿੱਚ ਆ ਰਹੇ ਦੀ ਇੱਕ ਬਰੂਪੀ ਆ, ਉਸਨੇ ਪੁਲਿਸ ਦੀ ਵਰਦੀ ਪਾਈ ਦੀ, ਸਟੂਡੈਂਟ ਦਾ ਰੂਪ ਬਣਾਇਆ ਦਾ, ਡੰਡਾ ਜਿਹਾ ਫੜਿਆ, ਇੱਕ ਦੁਕਾਨ 'ਤੇ ਚੜ੍ਹ ਗਿਆ, ਕੱਢੋ ਇਹ ਕਾਗਜ਼ ਤੇਰੇ ਕਿੱਥੇ ਨੇ, ਕੀ ਤੂੰ ਅੱਜ ਕੀ ਕੀਤਾ ਹੈਗਾ, ਕੀ ਕੰਮ ਕੀਤਾ ਹੈਗਾ। ਉਹ ਵਿਚਾਰਾ ਦੁਕਾਨਦਾਰ ਹੀ ਕੰਬ ਗਿਆ ਜੀ, ਬੜਾ ਡਰਨ ਲਈ ਪਿਆ।
ਅਤੇ ਫਿਰ ਉਹ ਮਗਰੋਂ ਹੱਸਿਆ ਅਤੇ ਕਹਿੰਦਾ 2 ਰੁਪਈਏ ਦੇ ਦੇ, ਆਪ ਵੀ ਕਹਿਣ ਲੱਗਾ 2 ਰੁਪਈਏ ਦੇ ਦੇ। ਇਹ ਬਰੂਪੀਏ ਦੀ ਤਰ੍ਹਾਂ ਹਰ ਇੱਕ ਪੇਸ਼ ਕਰ ਲੈਂਦਾ ਮਨ ਜਿਹੜਾ, ਇਹਨੂੰ ਇਹ ਨਾ ਸਮਝੋ ਕਿ ਇਹਦਾ ਇੱਕ ਮੂੰਹ ਹੈ, ਨਹੀਂ ਇਹਦੇ ਬੜੇ ਮੂੰਹ ਨੇ, ਇਹਦੇ ਬੜੇ ਰੰਗ ਨੇ। ਇਹ ਹਰ ਤਰ੍ਹਾਂ ਹੀ ਬੰਦੇ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈਗਾ, ਪਰ ਫਕੀਰ ਇਹਦੇ ਪਾਸੋਂ ਬਚਦੇ। ਉਹ ਪਹਿਲਾਂ ਹੀ ਜੀਵ ਨੂੰ ਦੱਸ ਦਿੰਦੇ ਹੈ ਕਿ ਇਹ ਦੁਸ਼ਮਣ ਤੇਰਾ ਜੇ ਸਭ ਤੋਂ ਵੱਡਾ। ਹਜ਼ੂਰ ਕਈ ਵਾਰ ਸਤਸੰਗ 'ਚ ਫਰਮਾਉਂਦੇ ਹੁੰਦੇ ਆ, ਇਹ ਇਨਸਾਨ ਕੋਈ ਦੁਨੀਆ 'ਤੇ ਤੇਰਾ ਦੁਸ਼ਮਣ ਨਹੀਂ, ਅਗਰ ਹੈ ਤਾਂ ਇੱਕ ਮਨ ਹੈ, ਇਹ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਗਲਤ ਕੰਮ ਕਰਾ ਕੇ ਨਰਕਾਂ 'ਚ ਲੈ ਜਾਂਦਾ। ਕੋਈ ਦੁਨੀਆ ਵਿੱਚ ਹੋਰ ਦੁਸ਼ਮਣੀ ਕਰੇਗਾ ਕੀ ਕਰੇਗਾ। ਚੋਰ ਦੀ ਮਿਸਾਲ ਹਜ਼ੂਰ ਦਿੰਦੇ ਹੁੰਦੇ, ਇੱਕ ਚੋਰ ਚੋਰੀ ਕਰਨ ਵਾਸਤੇ ਗਿਆ, ਦੂਰੋਂ ਹੀ ਆਪਣੇ ਲੜਕੇ ਨੂੰ ਕਹਿਣ ਲੱਗਾ, ਉਹਦਾ ਲੜਕਾ ਨਾਲ ਸੀ, ਕਿ ਜਿਸ ਘਰ ਦੀਵਾ ਜਗ ਰਿਹਾ ਹੈ ਇਹ ਮੈਂ 7 ਵਾਰ ਅੱਗੇ ਲੁੱਟਿਆ ਹੈ, 7 ਵਾਰ ਮੈਂ ਇਹ ਘਰ ਲੁੱਟਿਆ ਅੱਗੇ। ਪੁੱਤ ਨੇ ਸੋਚਿਆ, ਪਿਤਾ ਜੀ ਜੇ 7 ਵਾਰ ਤੁਸੀਂ ਇਹ ਲੁੱਟਿਆ ਅਤੇ ਦੀਵਾ ਇੱਥੇ ਜਗ ਰਿਹਾ, ਅਤੇ ਸਾਡੇ ਘਰ 'ਤੇ ਦੀਵਾ ਹੈ ਹੀ ਨਹੀਂ, ਇੱਥੇ ਫਿਰ ਵੀ ਦੀਵਾ ਜਗ ਰਿਹਾ ਅਤੇ ਸਾਡੇ 'ਤੇ ਦੀਵਾ ਹੀ ਨਹੀਂ, ਚਲੋ ਵਾਪਸ ਮੈਂ ਚੋਰੀ ਨਹੀਂ ਕਰਨੀ, ਇਸ 'ਚ ਬਰਕਤ ਨਹੀਂ ਇਸ ਕੰਮ ਦੇ ਵਿੱਚ। ਕਿਤੇ ਲਈ ਕਿਸੇ ਵਕਤ ਵੀ ਗਿਆਨ ਜੀਵ ਨੂੰ ਆ ਸਕਦਾ ਹੈ। ਹਰ ਕੰਮ ਜਿਹੜਾ ਹੈ ਅਲੱਗ ਅਲੱਗ ਹੈ, ਹਰ ਕੰਮ ਦੀ ਬਰਕਤ ਜਿਹੜੀ ਹੈ ਅਲੱਗ ਅਲੱਗ ਹੈ। ਜੈਸੇ ਜੈਸੇ ਜੀਵ ਕੰਮ ਕਰਦਾ ਐਸੀ ਉਹਦੀ ਬਰਕਤ ਹੈ। ਕਈ ਜੀਵ ਸਾਡੇ ਕੇ ਕਈ ਜੀਵ ਆ ਕੇ ਰਿਪੋਰਟ ਕਰਦੇ ਆ, ਅਰਜ਼ਾਂ ਕਰਦੇ ਆ ਕਿ ਅਸੀਂ ਕੰਮ ਬੜਾ ਕਰਦੇ ਹਾਂ, ਸਾਡੇ ਕੋਈ ਬਰਕਤ ਨਹੀਂ ਹੁੰਦੀ। ਕੀ ਪਤਾ ਵੀ ਕਿਹੜਾ ਨਾਲ ਕਰਮ ਦੂਸਰਾ ਵੀ ਕਰਦਾ ਜਿਹਦੇ ਨਾਲ ਬਰਕਤ ਨਹੀਂ ਹੁੰਦੀ। ਕਈ ਜੀਵ ਨੇ ਮਾਲਕ ਦਿਆ ਕਰਦਾ ਹੈ, ਉਹਨਾਂ ਦੀ ਨਾਲ ਨਾਲ ਹੀ ਜੋੜ ਜਾਤਾ ਹੁੰਦਾ ਰਹਿੰਦਾ, ਬਰਕਤ ਵੀ ਹੁੰਦੀ ਰਹਿੰਦੀ, ਕੰਮ ਵੀ ਚੱਲਦਾ ਰਹਿੰਦਾ ਹੈਗਾ। ਇਸ ਵਾਸਤੇ ਹਰ ਕੰਮ ਜਿਹੜਾ ਉਹਦਾ ਫਾਇਦਾ ਅਲੱਗ ਅਲੱਗ ਹੈ। ਹਾਂਜੀ, ਮਨ ਮੁਖ ਬੋਲ ਨਾ ਜਾਣਨੀ, ਉਹ ਨਾ ਅੰਦਰ ਕਾਮ ਕ੍ਰੋਧ ਅਹੰਕਾਰ, ਉਹ ਥਾਉ ਕੋ ਥਾਉ ਨਾ ਜਾਣਨੀ, ਉਹਨੇ ਅੰਤਰ ਲੋਭ ਵਿਕਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਮਨਮੁੱਖ ਜੀਵ ਜਿਹੜਾ ਉਹਦੇ ਅੰਦਰ ਲੋਭ ਵਿਕਾਰ ਹੈ, ਉਹ ਥਾਂ ਕ ਥਾਂ ਨਹੀਂ ਦੇਖਦਾ। ਲੋਭੀ ਬੰਦਾ ਜਿਹੜਾ ਹੈ, ਕੋਈ ਵੀ ਹੈ, ਉਹ ਆਪਣਾ ਲੋਭ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਨਹੀਂ ਦੇਖਦਾ ਕਿ ਮੇਰਾ ਭਰਾ ਹੈ ਜਾਂ ਸੱਜਣ ਹੈ ਜਾਂ ਮਿੱਤਰ ਹੈ ਜਾਂ ਕੋਈ ਕੌਣ ਹੈ ਅਤੇ ਕੌਣ ਨਹੀਂ। ਗੱਲ ਕਰਨਾ ਪੈਂਦੀ ਹੈ, ਕੱਲ੍ਹ ਹੀ ਅਸੀਂ ਜਦੋਂ ਇੱਥੇ ਗਏ ਹਾਂ, ਪਰਸੋਂ ਜਿਹਦੇ ਘਰ ਗਏ, ਉਹੀ ਵਿਚਾਰਾ ਰੋਈ ਜਾਵੇ ਕਿ ਮੇਰੀ ਕਰੋੜਾਂ ਰੁਪਏ ਦੀ ਉਹ ਜ਼ਮੀਨ ਹੈ ਅਤੇ ਮੇਰਾ ਭਰਾ ਹੀ ਨਹੀਂ ਮੈਨੂੰ ਦਿੰਦਾ। ਦੱਸੋ ਕੀ ਬੰਦਾ ਕਰੇ ਉੱਥੇ, ਕਿਹਨੂੰ ਭਰਾ ਬਣਾਵੇ ਅਤੇ ਕਿਹਨੂੰ ਸਕਾ ਦਾ ਸਮਝੇ।
ਕੀ ਉਹ ਕਰੋੜਾਂ ਨਾਲ ਜਾਣੇ, ਉਹ ਜਾਇਦਾਦ ਨਾਲ ਜਾਣੀ ਹੈ? ਕੀ ਪਤਾ ਕਿਹੜੇ ਵੇਲੇ ਇੱਥੋਂ ਚਲਾਇਮਾਨ ਹੋਣਾ ਅਤੇ ਸਭ ਕੁਝ ਇੱਥੇ ਹੀ ਰਹਿਣਾ। ਪਰ ਜਿਹੜਾ ਕਰਮ ਕਰ ਦੇਣਾ ਉਹ ਕਰਮ ਨਾਲ ਹੀ ਜਾਣਾ, ਇਨਸਾਫ ਨਹੀਂ। ਸਾਡੇ ਪਾਸ ਕੋਈ ਇਨਸਾਫ ਨਹੀਂ। ਲੋਭ ਆ ਜਾਂਦਾ ਹੈ, ਅਸੀਂ ਕਹਿੰਦੇ ਚਲੋ ਇਹਨਾਂ ਨੂੰ ਕੀ ਦੇਣਾ, ਅਸੀਂ ਆਪਣਾ ਆਪ ਬਣਾਉਂਦੇ ਹਾਂ। ਉਹ ਲੋਭੀ ਬੰਦਾ ਕੋਈ ਨਹੀਂ ਦੇਖਦਾ ਕਿਸੇ ਨੂੰ, ਨਾ ਕੋਈ ਭਰਾ ਦੇਖਦਾ, ਨਾ ਸੱਜਣ ਮਿੱਤਰ ਦੇਖਦਾ ਹੈ, ਨਾ ਕੋਈ ਰਿਸ਼ਤੇਦਾਰ ਦੇਖਦਾ ਹੈ। ਉਹ ਆਪਣਾ ਲੋਭ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਂਜੀ, ਉਹ ਥਾਉ ਕੁਥਾਉ ਨਾ ਜਾਣਨੀ, ਉਹ ਨਾ ਅੰਤਰ ਲੋਭ ਵਿਕਾਰ, ਉਹ ਆਪਣੇ ਸੁਆਏ ਆਏ ਬੈ ਗੱਲਾਂ ਕਰੇ, ਉਹ ਨਾ ਮਾਰੇ ਜਮ ਜੰਦਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹ ਜਿਹੜੀਆਂ ਵੀ ਗੱਲਾਂ ਕਰਦਾ ਉਹ ਇਹੀ ਕਹਿੰਦਾ ਕਿ ਬਸ ਮੈਂ ਹੀ ਠੀਕ ਹਾਂ, ਹੁਣ ਮੇਰੇ ਵਰਗਾ ਕੌਣ ਹੈ, ਮੈਂ ਜੋ ਕਰਦਾ ਠੀਕ ਕਰਦਾ, ਮੈਂ ਹੀ ਸੱਚਾ, ਮੈਂ ਸਹੀ ਹਾਂ। ਪਰ ਅੰਤ ਸਮਾਂ ਜਦ ਆਉਂਦਾ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਜਮਦੂਤ ਆ ਜਾਂਦੇ ਹੈ, ਉਹ ਬੰਨ ਕੇ ਲੈ ਜਾਂਦੇ ਹੈ ਔਰ ਆਪਣੇ ਦੇਸ਼ ਲੈ ਜਾਂਦੇ ਹੈ, ਮਾਰਕੁੱਟ ਕਰਦੇ ਹੈ, ਮਾਰਕੁੱਟ ਕਰਕੇ ਉਹਨੂੰ ਨਰਕਾਂ ਵਿੱਚ ਜਾਂ 84 ਵਿੱਚ ਸੁੱਟ ਦਿੰਦੇ। ਉਹਨਾਂ ਲਿਹਾਜ਼ ਨਹੀਂ ਕਰਨਾ, ਇੱਥੇ ਅਸੀਂ ਇੱਕ ਦੂਸਰੇ ਨੂੰ ਸਫਾਈ ਦੱਸਾਂਗੇ, ਉਹਨਾਂ ਅੱਗੇ ਸਾਡੀ ਕੋਈ ਸਫਾਈ ਨਹੀਂ ਚੱਲਣੀ, ਕੋਈ ਅਕਲਬੰਦੀ ਨਹੀਂ ਚੱਲਣੀ ਸਾਡੀ। ਇੱਥੇ ਅਸੀਂ ਅਕਲਬੰਦੀ ਵੀ ਅਤੇ ਚਲਾਕੀ ਵੀ ਅਤੇ ਹਰ ਬੰਦੇ ਨੂੰ ਸਭ ਕੁਝ ਦੱਸ ਸਕਦੇ ਹਾਂ, ਲੇਕਿਨ ਜਮਦੂਤਾਂ ਨੂੰ ਕੀ ਦੱਸ ਸਕਦੇ ਹਾਂ ਅਸੀਂ? ਜਿਹਨਾਂ ਸਾਡਾ ਹਿਸਾਬ ਲੈਣਾ ਉਹਨਾਂ ਨੂੰ ਕੀ ਚਲਾਕੀ ਦੱਸਾਂਗੇ ਅਸੀਂ? ਉਹ ਸਭ ਕੁਝ ਜਾਣਦੇ ਹੈਗੇ। ਹਾਂਜੀ, ਉਹ ਆਪਣੇ ਸੁਆਏ ਆਏ ਬਹਿ ਗੱਲਾਂ ਕਰੇ, ਉਹ ਨਾ ਮਾਰੇ ਜਮ ਜੰਦਾਰ। ਅੱਗੇ ਦਰਗਹਿ ਲਿਖੇ ਮੰਗੀਏ, ਮਾਰ ਖੁਆਰ ਕੀਚੇ ਕੂੜਿਆਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਅੱਗੇ ਦਰਗਾਹ ਵਿੱਚ ਜਦੋਂ ਲੇਖਾ ਹੋਣਾ ਹੈ, ਉੱਥੇ ਨਹੀਂ ਕਿਸੇ ਪੁੱਛਣਾ। ਇੱਥੇ ਬੇਸ਼ੱਕ ਭਾਵੇਂ ਕੋਈ ਸ਼ਾਹੂਕਾਰ ਹੈ, ਕੋਈ ਅਫਸਰ ਹੈ, ਕੋਈ ਰਾਜਾ ਹੈ, ਲੇਕਿਨ ਉਹਨਾਂ ਲੇਖਾ ਲੈਣਾ ਹੀ ਲੈਣਾ। ਉੱਥੇ ਇੱਜ਼ਤ ਸਾਡੀ ਨਹੀਂ ਰਹਿਣੀ, ਇੱਥੇ ਇੱਜ਼ਤਾਂ ਅਸੀਂ ਬਣਾਉਂਦੇ ਹਾਂ, ਲੇਕਿਨ ਉੱਥੇ ਇੱਜ਼ਤ ਸਾਡੀ ਬੰਦਗੀ ਨਾਲ ਬਣੇਗੀ। ਇਹਨਾਂ ਕਰਮਾਂ ਦੇ ਨਾਲ ਸਾਡੀ ਇੱਜ਼ਤ ਨਹੀਂ ਬਣ ਸਕਦੀ। ਉਹਨਾਂ ਮਾਰ ਕੁੱਟ ਕਰਨੀ, ਖੁਆਰ ਕਰਨਾ ਹੈ, ਕਿੱਧਰ ਜਾਏਗੀ ਅਫਸਰੀ, ਕਿੱਧਰ ਜਾਏਗੀ ਸ਼ਾਹੂਕਾਰੀ, ਕਿੱਧਰ ਜਾਏਗੀ ਅਕਲਬੰਦੀ? ਕੀ ਕਰੇਗਾ ਉੱਥੇ ਜਾ ਕੇ? ਕੌਣ ਇਹਦੀ ਜਗ੍ਹਾ 'ਤੇ ਸੰਭਾਲ ਕਰੇਗਾ? ਕੌਣ ਇਹਦੀ ਮਦਦ ਕਰੇਗਾ? ਜਿਹਨੇ ਮਦਦ ਕਰਨੀ ਹੈ ਉਹਨੂੰ ਇਹਨੇ ਸਮਝਿਆ ਹੀ ਨਹੀਂ। ਸਾਡੀ ਮਦਦ ਸਾਡੇ ਕਰਮਾਂ ਨੇ ਕਰਨੀ। ਅਸੀਂ ਅੱਛੇ ਕਰਮ ਕਰਾਂਗੇ, ਸਾਡੀ ਮਦਦ ਹੋਏਗੀ, ਕੋਈ ਵੀ ਸਾਡਾ ਹਿਸਾਬ ਨਹੀਂ ਲੈ ਸਕਦਾ।
ਲੇਕਿਨ ਜਦ ਅਸੀਂ ਮਾੜੇ ਕਰਮ ਕਰਾਂਗੇ ਸਾਡੀ ਮਦਦ ਕਿਸੇ ਨਹੀਂ ਕਰਨੀ। ਹਾਂਜੀ, ਅੱਗੇ ਦਰਗਹਿ ਲਿਖੈ ਮੰਗੀਐ ਮਾਰ ਖੁਆਰ ਕੀਚੇ ਕੂੜਿਆਰ ਇਹ ਕੂੜੇ ਕੀ ਮੈਲ ਕਿਉਂ ਉਤਰੈ ਕੋਈ ਕੱਢੇ ਇਹ ਵਿਚਾਰ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਆਓ ਬੈਠੋ, ਇਹ ਜਿਹੜੀ ਸਾਨੂੰ ਕੂੜ ਦੀ ਮੈਲ ਲੱਗ ਰਹੀ ਹੈ ਇਹ ਸਾਡੀ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ? ਕੋਈ ਵਿਚਾਰ ਕਰੀਏ, ਸੋਚੀਏ। ਜਿਸ ਤਰ੍ਹਾਂ ਕੋਈ ਕਿਸੇ ਨਾ ਕੋਈ ਚੀਜ਼ ਬਣਾਉਣੀ ਹੈ ਤਾਂ ਕੋਈ ਆਮ ਸਿਆਣੇ ਬੰਦੇ ਸੱਦ ਕੇ ਮੀਟਿੰਗ ਕਰਦਾ ਹੈ, ਸਮਝਦਾਰਾਂ ਨਾਲ ਸੋਚਦੇ ਵਿਚਾਰਦੇ ਹੈ ਕਿ ਕਿਸ ਤਰ੍ਹਾਂ ਅਸੀਂ ਇਹ ਕੰਮ ਕਰੀਏ। ਗੁਰੂ ਸਾਹਿਬ ਵੀ ਫਰਮਾ ਰਿਹਾ ਕਿ ਆਓ ਬੈਠੋ, ਕੋਈ ਵਿਚਾਰ ਕਰੋ ਕਿ ਕਿਸ ਤਰ੍ਹਾਂ ਸਾਡੀ ਮੈਲ ਜਾ ਸਕਦੀ ਹੈ, ਕਿਸ ਕੰਮ ਦੇ ਨਾਲ ਜਾ ਸਕਦੀ ਹੈ। ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹੈ, ਹਾਂਜੀ, ਇਹ ਕੂੜੇ ਕੀ ਮੈਲ ਕਿਉਂ ਉਤਰੈ ਕੋਈ ਕੱਢੇ ਇਹ ਵਿਚਾਰ ਸਤਿਗੁਰ ਮਿਲੈ ਤਾਂ ਨਾਮ ਦਿਰੜਾਏ ਸਭ ਕਿਲ ਵਿਖ ਕਟਣ ਹਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਕੋਈ ਮਹਾਂਪੁਰਖ ਮਿਲ ਜਾਏ ਔਰ ਉਹ ਸਾਨੂੰ ਨਾਮਦਾਨ ਬਖਸ਼ ਦੇਵੇ ਫਿਰ ਸਾਡੀ ਇਹ ਮੈਲ ਜਾ ਸਕਦੀ, ਇਸ ਤਰ੍ਹਾਂ ਨਹੀਂ ਜਾ ਸਕਦੀ। ਮਹਾਰਾਜ ਤੀਸਰੀ ਪਾਤਸ਼ਾਹੀ ਆਪਣੇ ਤਜ਼ਰਬੇ ਦੱਸ ਰਹੇ ਹੈ ਕਿ ਆਓ ਵਿਚਾਰ ਕਰੋ, ਪਿਛਲੀ ਤੁੱਕ ਵੀ ਦੱਸਿਆ ਕਿ ਆਓ ਵਿਚਾਰ ਕਰੋ, ਸਮਝੋ ਕਿ ਕੌਣ ਕਿਸ ਕੰਮ ਦੇ ਨਾਲ ਸਾਡੀ ਇਹ ਮੈਲ ਜਾ ਸਕਦੀ ਹੈ, ਕਿਸ ਕੰਮ ਦੇ ਨਾਲ ਅੱਛੇ ਸਾਫ਼ ਅਸੀਂ ਹੋ ਸਕਦੇ ਹਾਂ। ਤਾਂ ਦੂਸਰੀ ਤੁੱਕ ਵਿੱਚ ਆਪ ਹੀ ਫੈਸਲਾ ਕਰ ਰਹੇ ਹੈ ਕਿ ਕੋਈ ਮਹਾਂਪੁਰਖ ਮਿਲ ਜਾਏ ਔਰ ਉਹ ਸਾਨੂੰ ਨਾਮਦਾਨ ਬਖਸ਼ ਦੇਵੇ, ਅਸੀਂ ਭਜਨ ਕਰੀਏ ਤਾਂ ਸਾਡੀ ਮੈਲ ਜਾ ਸਕਦੀ ਹੈ। ਔਰ ਕੋਈ ਵੀ ਇਲਾਜ ਨਹੀਂ, ਕਿਸੇ ਵੀ ਕੰਮ ਨਾਲ ਸਾਡੀ ਮੈਲ ਨਹੀਂ ਜਾ ਸਕਦੀ। ਹਾਂਜੀ, ਸਤਿਗੁਰ ਮਿਲੈ ਤਾਂ ਨਾਮ ਦਿਰੜਾਏ ਸਭ ਕਿਲ ਵਿਖ ਕਟਣ ਹਾਰ ਨਾਮ ਜਪੈ ਨਾਮੋ ਆਰਾਧੈ ਤਿਸ ਜਨ ਕੋ ਕਰੋ ਸਭ ਨਮਸਕਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਨਾਮ ਜਪੈ, ਨਾਮ ਜਪਾਏ ਤੁਸੀਂ ਉਹਨੂੰ ਸਭ ਨਮਸਕਾਰ ਕਰੋ। ਕਿਆ ਆਪ ਜਪਦਾ ਹੈ ਸਾਨੂੰ ਉਹ ਜਪਾਏਗਾ, ਜੇ ਆਪ ਨਹੀਂ ਜਪਦਾ ਤਾਂ ਸਾਨੂੰ ਉਹ ਜਪਾ ਨਹੀਂ ਸਕਦਾ। ਜਿਹੜਾ ਆਪ ਕੰਮ ਨਹੀਂ ਕਰ ਸਕਦਾ ਉਹ ਦੂਸਰੇ ਨੂੰ ਕਿੱਦਾਂ ਕਰਾ ਸਕਦਾ?
ਤੁਸੀਂ ਦੁਨੀਆ ਦੀ ਮਿਸਾਲ ਲਾਓ, ਜਿਹੜਾ ਆਪ ਕੋਈ ਕਿਸੇ ਕੰਮ ਦਾ ਕਾਰੀਗਰ ਹੈ ਉਹ ਦੂਸਰੇ ਨੂੰ ਜਾਇਜ਼ ਦੱਸ ਸਕਦਾ, ਜਿਹੜਾ ਆਪ ਨਹੀਂ ਕਾਰੀਗਰ ਉਹ ਦੂਸਰੇ ਨੂੰ ਕੀ ਦੱਸ ਸਕਦਾ। ਮਹਾਂਪੁਰਖ ਆਪ ਨਾਮ ਜਪਦੇ ਹੈ ਔਰ ਸਾਨੂੰ ਇਹੀ ਉਪਦੇਸ਼ ਦਿੰਦੇ ਆ ਕਿ ਭਾਈ ਨਾਮ ਜਪੋ। ਜਿਨ੍ਹਾਂ ਦਾ ਦਰਬਾਰ ਹੈ, ਜਦੋਂ ਵੀ ਕੋਈ ਬੰਦਾ ਉਹਨਾਂ ਦੇ ਪਾਸ ਜਾਂਦਾ ਸੀ, ਸਭ ਤੋਂ ਪਹਿਲਾਂ ਇਹੀ ਉਹ ਸੁੱਖ ਸ਼ਾਂਤ ਪੁੱਛਦੇ ਹੁੰਦੇ ਸੀ, ਇਹੀ ਦੱਸਣਾ ਭਜਨ ਕਰਿਆ ਕਰੋ। ਬਸ ਸਭ ਤੋਂ ਪਹਿਲਾਂ ਇਹੀ ਕੰਮ ਕਹਿਣਾ ਕਿ ਭਜਨ ਕਰਿਆ ਕਰੋ। ਹਾਂਜੀ, ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ ਮਲ ਕੁੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਕੂੜ ਦੀ ਮੈਲ ਜਿਹੜੀ ਸਾਨੂੰ ਲੱਗੀ ਹੈ ਇਹ ਨਾਮ ਦੇ ਬਿਨਾਂ ਨਹੀਂ ਲੱਥ ਸਕਦੀ। ਜਿਸ ਤਰ੍ਹਾਂ ਸਾਡੇ ਕੱਪੜੇ ਨੂੰ ਮੈਲ ਲੱਗਦੀ ਹੈ ਤਾਂ ਸੋਡੇ ਸਾਬਣ ਦੀ ਜ਼ਰੂਰਤ ਹੈ, ਕਿਉਂਕਿ ਸੋਡੇ ਸਾਬਣ ਦੇ ਬਿਨਾਂ ਉਹ ਮੈਲ ਨਹੀਂ ਲੱਥ ਸਕਦੀ। ਔਰ ਜਿਹੜੀ ਸਾਨੂੰ ਕਰਮਾਂ ਦੀ ਮੈਲ ਲੱਗੀ ਹੈ ਇਹਦੇ ਬਾਰੇ ਸਾਨੂੰ ਨਾਮ ਦੀ ਜ਼ਰੂਰਤ ਹੈ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਨਾਮ ਦੇ ਬਿਨਾਂ ਸਾਡੀ ਉਹ ਮੈਲ ਜਿਹੜੀ ਕੂੜ ਦੀ ਲੱਗੀ ਹੈ ਉਹ ਉਤਰ ਨਹੀਂ ਸਕਦੀ, ਨਾ ਅਸੀਂ ਸਚਿਆਰੇ ਬਣ ਸਕਦੇ ਹਾਂ। ਹਾਂਜੀ, ਮਲ ਕੁੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਚਲਤ ਹੈ ਸੋ ਜੀਵੋ ਦੇਵਨ ਹਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਸ ਦੇ ਐਸੇ ਚਲਤਰ ਨੇ ਮਹਾਂਪੁਰਖਾਂ ਦੇ ਉਹ ਜੀਵ ਦੇਵਨ ਹਾਰ ਹੈ, ਉਹਦੇ ਪਾਸੋਂ ਹੀ ਸਾਨੂੰ ਕੁਛ ਮਿਲ ਸਕਦਾ ਹੈ। ਜਿਹਦੇ ਐਸੇ ਚਲਤਰ ਨਹੀਂ ਹੈਗੇ ਉਹਦੇ ਪਾਸੋਂ ਸਾਨੂੰ ਕੁਛ ਨਹੀਂ ਮਿਲ ਸਕਦਾ। ਭਾਈ ਜਿਹੜਾ ਆਪ ਭਜਨ ਨਹੀਂ ਕਰਦਾ ਉਹ ਸਾਡੇ ਕੋਲੋਂ ਕੀ ਕਰਾਏਗਾ ਕਿ ਸਾਨੂੰ ਦੇਵੇਗਾ ਕੀ? ਜਿਹੜਾ ਆਪ ਕਰਦਾ ਹੈ, ਹਜ਼ੂਰ ਫਰਮਾਉਂਦੇ ਹੁੰਦੇ ਸੀ ਜੇ ਆਪ ਕੋਈ ਰੋਟੀ ਖਾਂਦਾ ਤਾਂ ਬਾਹਰ ਕੁੱਤੇ ਬੈਠੇ ਹੁੰਦੇ ਹੈ, ਉਹਨਾਂ ਨੂੰ ਖਾਹਿਸ਼ ਹੁੰਦੀ ਹੈ ਕਿ ਸਾਨੂੰ ਵੀ ਥੋੜ੍ਹੀ ਬਹੁਤਾ ਬੁਰਕੀ ਸਾਡੇ 'ਚ ਵੀ ਪੈ ਜਾਓ ਕੋਈ, ਤਾਂ ਭਾਵੇਂ ਥੋੜ੍ਹਾ ਜਿਹਾ ਬਹੁਤਾ ਖਾ ਪੀ ਕੇ ਬੰਦਾ ਬੁਰਕੀ ਕੁੱਤੇ ਨੂੰ ਸੁੱਟ ਹੀ ਦਿੰਦਾ ਹੈ। ਅਤੇ ਜੇ ਆਪ ਹੀ ਭੁੱਖਾ ਹੈ, ਖਾਂਦਾ ਹੀ ਨਹੀਂ, ਤਾਂ ਉਹਨਾਂ ਨੂੰ ਦੇਗਾ ਕਿਹੜਾ? ਮਾਲਕ ਜਿਣਕਾ ਭੁੱਖਾ ਨੰਗਾ ਨਫਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਹੀ ਭੁੱਖਾ ਨੰਗਾ ਹੈ ਉਹ ਨਫਰ ਕਿੱਥੋਂ ਖਾਏਗਾ? ਇਸ ਵਾਸਤੇ ਗੁਰੂ ਸਾਹਿਬ ਜੀ ਜੋ ਵੀ ਫਰਮਾ ਰਹੇ ਠੀਕ ਫਰਮਾ ਰਹੇ, ਉਹਨਾਂ ਭਜਨ ਬੰਦਗੀ ਕੀਤੀ ਹੈ ਔਰ ਕਿਹਨਾਂ ਦੇ ਸਹਾਰੇ ਕੀਤੀ ਹੈ? ਮੁਰਸ਼ਦ ਦੇ ਸਹਾਰੇ, ਬੰਦਗੀ ਵਾਲੇ ਮੁਰਸ਼ਦ ਮਿਲੇ
ਔਰ ਉਹਨਾਂ ਦੇ ਪਾਸੋਂ ਉਹਨਾਂ ਨੇ ਸਲਾਹ ਮਸ਼ਵਰਾ ਲੈ ਕੇ ਉਸ ਤਰੀਕੇ ਨਾਲ ਆਪ ਵੀ ਕੀਤੀ ਹੈ ਔਰ ਉਸ ਬੰਦਗੀ ਦਾ ਹੀ ਇਸ਼ਾਰਾ ਸਾਨੂੰ ਸਾਰਿਆਂ ਨੂੰ ਦੇ ਰਿਹਾ ਕਿ ਭਾਈ ਬੰਦਗੀ ਦੇ ਬਿਨਾਂ ਗੁਜ਼ਾਰਾ ਮੁਸ਼ਕਲ ਹੈ, ਬੰਦਗੀ ਦੇ ਬਿਨਾਂ ਸਾਡੀ ਮੈਲ ਨਹੀਂ ਜਾ ਸਕਦੀ। ਹਾਂਜੀ, ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ, ਗੁਰੂ ਜਿਨਾ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਨ। ਮੁਰਸ਼ਦ ਨੂੰ ਸਾਰੇ ਭੇਤ ਹੁੰਦੇ ਹੈ, ਕਿਉਂਕਿ ਜਿਹੜਾ ਸਾਡੇ ਨਾਲ ਦੁਸ਼ਮਣੀ ਕਰਨ ਵਾਲਾ ਮਨ ਹੈ ਇਹਦੀ ਜੁਗਤੀ ਜਾਂ ਇਸ ਨੂੰ ਪਾਬੰਦ ਕਰਨ ਦਾ ਜਾਂ ਇਸ ਨੂੰ ਸਮਝਾਉਣ ਦਾ ਇੱਕ ਮੁਰਸ਼ਦ ਨੂੰ ਹੀ ਪਤਾ ਹੈ ਔਰ ਦੂਸਰਿਆਂ ਨੂੰ ਨਹੀਂ। ਹਜ਼ੂਰ ਕਈ ਵਾਰ ਇਹ ਸਾਖੀ ਸੁਣਾਉਂਦੇ ਹੁੰਦੇ ਸੀ, ਕੋਈ ਸ਼ਾਹੂਕਾਰ ਸੀ, ਕੋਈ ਪੂਤਨਾ ਬੰਦਾ ਬਣ ਕੇ ਅਤੇ ਉਸਨੇ ਹੋਕਾ ਦਿੱਤਾ ਕੋਈ ਨੌਕਰ ਰੱਖ ਲਓ। ਉਹ ਸ਼ਾਹੂਕਾਰ ਨੇ ਨੌਕਰ ਰੱਖ ਲਿਆ, ਪੁੱਛਿਆ ਕਿ ਤਨਖਾਹ? ਕਹਿੰਦੇ ਤਨਖਾਹ ਕੋਈ ਨਹੀਂ, ਜਦੋਂ ਤੇਰਾ ਕੰਮ ਮੁੱਕੇਗਾ ਮੈਂ ਤੈਨੂੰ ਖਾ ਜਾਣਾ। ਉਸਨੇ ਸੋਚਿਆ ਮੇਰਾ ਕੰਮ ਇਹਨੇ ਕਿੱਥੇ ਮੁਕਾ ਲੈਣਾ ਹੈਗਾ, ਨੌਕਰ ਰੱਖ ਲਿਆ। ਹੁਣ ਜਿਸ ਕੰਮ ਨੂੰ ਭੇਜੇ ਉਹ ਭੂਤਣਾ ਸੀ, ਫੌਰਨ ਕਰਕੇ ਆ ਜਾਵੇ, ਉਸ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਗਿਆ, ਚਿੰਤਾ ਪੈ ਗਈ ਅੰਦਰ। ਕੋਈ ਮਹਾਤਮਾ ਮਿਲਿਆ, ਪੁੱਛਿਆ ਵੀ ਕੀ ਗੱਲ ਹੈ, ਤੂੰ ਸ਼ਾਹੂਕਾਰ ਹੈ ਅਤੇ ਇੰਨਾ ਕਮਜ਼ੋਰ ਕਿਉਂ ਹੈ, ਇਤਨੀ ਚਿੰਤਾ ਤੈਨੂੰ ਕਿਉਂ ਹੈ? ਮਹਾਰਾਜ, ਮੈਂ ਇੱਕ ਨੌਕਰ ਰੱਖ ਬੈਠਾ, ਇਹ ਪਤਾ ਨਹੀਂ ਮੈਨੂੰ ਨੌਕਰ ਬੰਦਾ ਹੈ ਜਾਂ ਕੀ ਹੈਗਾ, ਤਨਖਾਹ ਮੇਰੇ ਨਾਲ ਕੋਈ ਕੀਤੀ ਨਹੀਂ, ਇਹ ਕਿਹਾ ਜਦੋਂ ਤੇਰਾ ਕੰਮ ਮੁੱਕ ਜਾਏਗਾ ਮੈਂ ਤੈਨੂੰ ਖਾ ਜਾਣਾ। ਮੈਂ ਸੋਚਿਆ ਇਹ ਬੰਦਾ ਹੈ, ਇਹ ਨਹੀਂ ਪਤਾ ਇਹ ਚੀਜ਼ ਕੀ ਹੈ, ਜਿਸ ਕੰਮ ਨੂੰ ਮੈਂ ਭੇਜਣਾ ਮਿੰਟਾਂ 'ਚ ਕਰਕੇ ਆ ਜਾਂਦਾ, ਮੇਰਾ ਕੰਮ ਮੁੱਕ ਰਿਹਾ ਹੈ, ਇਹਨੇ ਮੈਨੂੰ ਖਾ ਜਾਣਾ, ਮੈਨੂੰ ਚਿੰਤਾ ਪਈ ਹੈ। ਮਹਾਂਪੁਰਖਾਂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਸਾਡੇ ਆਖੇ ਲੱਗ, ਅਸੀਂ ਤੈਨੂੰ ਜੁਗਤੀ ਦੱਸਦੇ ਹਾਂ। ਜਾਓ ਇੱਕ ਲੰਬਾ ਜਿਹਾ ਬਾਂਸ ਲਿਆਓ, ਉਹਨੂੰ ਜ਼ਮੀਨ ਦੇ ਉੱਤੇ ਗੱਢ ਦੇ, ਜਦੋਂ ਤੈਨੂੰ ਕੋਈ ਕੰਮ ਪਵੇ ਇਸ ਨੂੰ ਕੰਮ 'ਚ ਭੇਜ ਦੇ, ਅਤੇ ਜਦੋਂ ਕੰਮ ਨਾ ਹੋਵੇ ਤਾਂ ਇਸ ਨੂੰ ਕਹਿਣਾ ਇਸ ਬਾਂਸ ਦੇ ਉੱਪਰ ਚੜ੍ਹ ਅਤੇ ਉੱਤਰ ਅਤੇ ਚੜ੍ਹ ਅਤੇ ਉੱਤਰ, ਬਸ ਇੱਥੇ ਲਾ ਦੇ, ਨਾ ਬਾਂਸ ਟੁੱਟੇ ਨਾ ਕੰਮ ਮੁੱਕੇ, ਕੁਛ ਨਹੀਂ ਤੈਨੂੰ ਹੋਊਗਾ। ਇਹ ਵੀ ਮਿਸਾਲ ਸਾਡੀ ਅੰਦਰ ਦੀ ਹੈ, ਜਿਹੜਾ ਸੰਤਾਂ ਨੇ ਸਾਨੂੰ ਸਿਮਰਨ ਦੱਸਿਆ ਹੈ ਉਹ ਇੱਕ ਉਹਨਾਂ ਸਾਡੇ ਅੰਦਰ ਬਾਂਸ ਕੱਢ ਦਿੱਤਾ ਹੈ। ਉਹਨਾਂ ਦੱਸਿਆ 24 ਘੰਟੇ ਤੂੰ ਸਿਮਰਨ ਕਰ, ਮਨ ਦਾ ਕੋਈ ਦਾ ਨਹੀਂ ਲੱਗੇਗਾ। ਜਿਤਨੀਆਂ ਮਿਸਾਲਾਂ ਸੰਤ ਬਾਹਰ ਦੱਸਦੇ ਹੈ ਉਹ ਸਭ ਅੰਦਰ ਦੇ ਨਕਸ਼ੇ ਹੁੰਦੇ ਹੈ। ਜਦੋਂ ਵੀ ਸਾਨੂੰ ਮਨ ਠੱਗਦਾ ਹੈ ਉਦੋਂ ਅਸੀਂ ਸਿਮਰਨ ਨਹੀਂ ਕਰਦੇ, ਸਿਮਰਨ ਅਸੀਂ ਛੱਡਿਆ ਹੁੰਦਾ ਹੈ, ਬੇਖਬਰ ਹੋਏ ਹੁੰਦੇ ਹਾਂ, ਮਨ ਸਾਨੂੰ ਠੱਗ ਲੈਂਦਾ ਹੈ।
ਜੇ ਅਸੀਂ ਸਿਮਰਨ ਕਰਦੇ ਰਹੀਏ ਤਾਂ ਸਾਡਾ ਦੂਜੇ ਪਾਸੇ ਧਿਆਨ ਹੀ ਨਹੀਂ ਜਾਂਦਾ, ਮਨ ਸਾਨੂੰ ਠੱਗ ਨਹੀਂ ਸਕਦਾ। ਇਸ ਵਾਸਤੇ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ, ਕਿਉਂਕਿ ਸੰਤਾਂ ਦੀ ਬਾਣੀ ਜਿਹੜੀ ਇਹ ਪੱਥਰ 'ਤੇ ਲੀਕ ਹੈ, ਉਹਨਾਂ ਦੇ ਆਪਣੇ ਤਜ਼ਰਬੇ ਹੈ, ਜੋ ਕੋਈ ਦੱਸ ਰਹੇ ਠੀਕ ਦੱਸ ਰਿਹਾ। ਹਾਂਜੀ, ਗੁਰੂ ਜੇ ਨਾ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ ਨ। ਅਨੇ ਦਾ ਮਸਲ ਕੀ ਹੈ ਕਿ ਜਿਸਨੇ ਬੰਦਗੀ ਕੀਤੀ ਨਹੀਂ ਉਹ ਅੰਨਾ ਹੈ, ਚਾਹੇ ਕੋਈ ਵੀ ਹੈਗਾ। ਜਿਹਨੇ ਬੰਦਗੀ ਕੀਤੀ ਨਹੀਂ, ਬੰਦਗੀ ਇਹ ਨਹੀਂ ਕਿ ਸਾਲ ਦੋ ਸਾਲ ਦਾ ਕੰਮ ਹੈਗਾ, ਇਹ ਜ਼ਿੰਦਗੀ ਦਾ ਕੰਮ ਹੈ। ਜਿਹਨਾਂ ਦੇ ਦਰਬਾਰ ਵਿੱਚ ਬੈਠੇ ਹੋ, 40 ਸਾਲ ਉਹਨਾਂ ਤਪੱਸਿਆ ਕੀਤੀ ਹੈ, ਇਸ ਤੋਂ ਪਹਿਲਾਂ ਵੀ ਪਹਿਲੀ ਉਮਰ ਦੇ ਵਿੱਚ ਸਾਧੂਆਂ ਸੰਤਾਂ ਦੀ ਸੰਗਤ ਕਰਦੇ ਹੁੰਦੇ ਸੀ, ਆਪਣੇ ਇਤਿਹਾਸ ਦੱਸਦੇ ਹੁੰਦੇ ਸੀ ਕਿ ਜਦ ਵੀ ਸਾਧੂ ਪਿੰਡਾਂ ਵਿੱਚ ਆਉਣੇ 47 ਦੇ ਪਹਿਲਾਂ, ਅਸੀਂ ਉਹਨਾਂ ਦੇ ਪਾਸ ਚਲੇ ਜਾਣਾ, ਉਹਨਾਂ ਪਾਸੋਂ ਗੱਲਾਂ ਬਾਤਾਂ ਸੁਣਦੇ ਰਹਿਣਾ, ਔਰ ਜਦ ਪੂਰਾ ਮੁਰਸ਼ਦ ਮਿਲਿਆ ਫਿਰ ਅਸੀਂ ਇੱਕ ਟੱਕ ਬੰਦਗੀ ਕੀਤੀ ਹੈ। 40 ਸਾਲ ਤਪੱਸਿਆ ਕੀਤੀ, ਔਰ ਜਿਸ ਨੂੰ ਬੰਦਗੀ ਕਹਿੰਦੇ ਹੈ, ਬੰਦਗੀ ਐਵੇਂ ਨਹੀਂ ਹੈ, ਉਹਨਾਂ ਹਰ ਪਾਸਿਓਂ ਆਪਣੇ ਬੰਦਿਸ਼ ਕੀਤੀ ਹੈਗੀ, ਖਾਣ ਪੀਣ ਦੀ, ਬੋਲਣ ਚਾਲਣ ਦੀ, ਲੋਕ ਇਲਾਜ ਦੀ, ਹਰ ਇੱਕ ਚੀਜ਼ ਨੂੰ ਖਤਮ ਕੀਤਾ। ਔਰ ਤਦ ਉਹਨਾਂ ਦੀ 3 ਦਿਨ ਅਤੇ 3 ਰਾਤਾਂ ਸਮਾਧੀ ਲੱਗੀ ਰਹੀ, ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਜਿਸ ਨੇ ਬੰਦਗੀ ਕੀਤੀ ਹੀ ਨਹੀਂ ਉਹ ਤਾਂ ਚੇਲਾ ਕੀ ਕਰੂਗਾ, ਜੇ ਗੁਰੂ ਨੇ ਨਹੀਂ ਕੀਤੀ ਤਾਂ ਚੇਲਾ ਕੀ ਕਰੂਗਾ, ਕਿੱਥੋਂ ਲਏਗਾ ਬੰਦਗੀ, ਕੀ ਕਰੇਗਾ, ਕਿੱਥੋਂ ਮਦਦ ਲਏਗਾ। ਹਾਂਜੀ, ਗੁਰੂ ਨਾ ਕਾਂਧਲਾ ਸਿੱਖ ਵੀ ਅੰਧੇ ਕਰਮ ਕਰੇ ਨ। ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇ ਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਆਪਣੇ ਭਾਣੇ ਚੱਲਦੇ ਹੈ, ਉਹ ਨਿਤ ਝੂਠ ਹੀ ਬੋਲਣਾ, ਝੂਠ ਹੀ ਅਗਲੇ ਨੂੰ ਕਹਿਣਾ। ਸੱਚ ਲੈਣਾ ਕਿੱਥੋਂ ਹੈ, ਸੱਚ ਤਾਂ ਆਇਆ ਹੀ ਨਹੀਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਸਤਸੰਗ ਵਿੱਚ ਕਿ ਬਹੁਤ ਸਾਰੇ ਲੋਕ ਕਹਿੰਦੇ ਜੀ ਅਸੀਂ ਕਦੀ ਝੂਠ ਨਹੀਂ ਬੋਲਿਆ, ਅਸੀਂ ਸੱਚ ਬੋਲਦੇ ਹਾਂ। ਅਸੀਂ ਸੋਚਦੇ ਹਾਂ ਵੀ ਸੱਚ ਹੈ ਕੀ ਹੈ, ਸੱਚ ਕਹਿੰਦੇ ਕਿਹਨੂੰ ਨੇ। ਸੱਚ ਹੈ ਸ਼ਬਦ ਉਹ ਜਿਹੜਾ ਸਾਡੇ ਅੰਦਰ ਆ ਰਿਹਾ, ਜਿਸ ਨੂੰ ਸਵਾਮੀ ਜੀ ਮਹਾਰਾਜ ਧੁਣ ਕਰਕੇ ਫਰਮਾਇਆ, ਔਰ ਬਾਣੀ 'ਚ ਸ਼ਬਦ ਜਾਂ ਨਾਮ ਕਿਹਾ ਗਿਆ। ਮੁਸਲਮਾਨ ਉਸ ਨੂੰ ਬਾਂਗੇ ਸ਼ਮਾਨੀ ਕਹਿੰਦੇ ਹੈ, ਕਹਿੰਦੇ ਸੱਚ ਉਹ ਹੈ ਜਿਹਦੇ ਅੰਦਰ ਉਹ ਸੱਚ ਆਇਆ ਹੀ ਨਹੀਂ, ਤਾਂ ਉਹ ਕਵੇ ਕਿ ਮੈਂ ਝੂਠ ਕਦੀ ਬੋਲਿਆ ਨਹੀਂ, ਮੈਂ ਸੱਚ ਹੀ ਬੋਲਦਾ, ਤਾਂ ਸੱਚ ਆਇਆ ਹੀ ਨਹੀਂ ਤਾਂ ਸੱਚ ਬੋਲਣਾ ਕਿੱਥੋਂ ਹੈ, ਸੱਚ ਤਾਂ ਆਇਆ ਹੀ ਨਹੀਂ ਅੰਦਰ।
ਸੱਚ ਉਹ ਹੈ ਜਿਹੜਾ ਅੱਜ ਵੀ ਹੈ, ਪਹਿਲਾਂ ਵੀ ਅਤੇ ਫਿਰ ਵੀ ਜਿਸ ਨੇ ਰਹਿਣਾ ਹੈ, ਬਾਕੀ ਸਭ ਕੁਝ ਝੂਠ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਕਿ ਸੱਚ ਸਾਡੇ ਅੰਦਰ ਉਹ ਹੈ ਜਿਹੜੀ ਅੰਦਰ ਸਾਡੇ ਤੁਣ ਆ ਰਹੀ ਹੈ, ਜਿਸ ਨੂੰ ਸਵਾਮੀ ਜੀ ਮਹਾਰਾਜ ਫਰਮਾਇਆ, ਕੋਟ ਜਤਨ ਸੇ ਜੇ ਨਹੀਂ ਮਾਨੇ ਤੁਣ ਸੁਣ ਕਰ ਮਨ ਸਮਝਾਈ, ਕਿ ਉਸ ਧੁਣ ਨੂੰ ਸੁਣ ਕੇ ਤੇਰਾ ਮਨ ਸਮਝੇਗਾ, ਔਰ ਕਰੋੜਾਂ ਯਤਨ ਕਰ ਲੈ ਤੇਰਾ ਮਨ ਨਹੀਂ ਸਮਝੇਗਾ। ਬੈਠ ਅਕੇਲਾ ਧਿਆਨ ਤਰ ਤੋਂ ਮਿਲੇ ਨਿਸ਼ਾਨੀ ਸ਼ਬਦ ਕੀ, ਬਾਣੀ 'ਚ ਸਭ ਕੁਝ ਦੱਸਿਆ ਸੰਤਾਂ ਨੇ, ਇਕੱਲਿਆਂ ਬੈਠ ਕੇ ਉਹਨਾਂ ਨੇ 5-6 ਫੁੱਟ ਗੁਫਾ ਦੇ ਵਿੱਚ 40 ਸਾਲ ਤਪੱਸਿਆ ਕੀਤੀ ਰਾਤ ਦਿਨ, ਫਿਰ ਉਹ ਅੰਦਰ ਆਈ ਤਾਕਤ। ਜਿਹਨੇ ਕੀਤੀ ਨਹੀਂ ਉਹਦੇ ਅੰਦਰ ਕਿੱਦਾਂ ਆ ਜਾਏਗਾ, ਉਹ ਸੱਚ ਕਿੱਦਾਂ ਆ ਜਾਏਗਾ। ਸੱਚ ਸ਼ਬਦ ਹੈ, ਸੱਚ ਕੋਈ ਗੱਲਬਾਤ ਨਹੀਂ ਹੈਗੀ। ਹਾਂਜੀ, ਉਹ ਭਾਣੇ ਆਪਣੇ ਨਿਤ ਝੂਠੋ ਝੂਠ ਬੋਲੇ ਨ, ਕੂੜ ਕੁਸਤ ਕਮਾਮ ਦੇ, ਪਰ ਨਿੰਦਾ ਸਦਾ ਕਰੇ ਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਜਿਹਦੇ ਅੰਦਰ ਉਹ ਤਾਕਤ ਆਈ ਨਹੀਂ, ਉਹ ਸੱਚ ਆਇਆ ਹੀ ਨਹੀਂ, ਉਹ ਹਮੇਸ਼ਾ ਵਾਸਤੇ ਝੂਠ ਬੋਲਣਗੇ, ਨਿੰਦਿਆ ਪਰਾਈ ਕਰਨਗੇ ਔਰ ਗਲਤ ਕਰਮ ਕਰਨਗੇ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ, ਉਹ ਆਪ ਡੁੱਬੇ ਪਰ ਨਿੰਦ ਕਾ ਸਗਲੇ ਕੋਲ ਡੁੱਬੇ ਨ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਆਪ ਤਾਂ ਉਹ ਡੁੱਬ ਜਾਣੇ ਹੈ, ਸਗਲੇ ਕੁੱਲ ਵੀ ਡੁਬਾ ਦਿੱਤੇ। ਕੁੱਲਾਂ ਦਾ ਹਦਾਰ ਵੀ ਸਿੱਖ ਕਰਦਾ ਹੈ ਕਿ ਜਿਹੜਾ ਦਿਨ ਰਾਤ ਭਗਤੀ ਕਰੇ ਉਹਦੀਆਂ ਕੁੱਲਾਂ ਵੀ ਤਰ ਜਾਂਦੀਆਂ ਨੇ, ਪਰ ਜੇ ਭਗਤੀ ਕੀਤੀ ਨਹੀਂ ਤਾਂ ਕੁੱਲ ਕਿੱਥੋਂ, ਆਪ ਹੀ ਨਹੀਂ ਤਰੇ ਤਾਂ ਕੁੱਲ ਕਿੱਥੋਂ ਤਰਨੀ ਹੈਗੀ। ਹਾਂਜੀ, ਓ ਆਪ ਡੁੱਬੇ ਪਰ ਨਿੰਦ ਕਾ ਸਗਲੇ ਕੋਲ ਡੁੱਬੇ ਨ, ਨਾਨਕ ਜਿੱਤ ਓ ਲਾਏ ਤਿੱਤ ਲੱਗੇ, ਓ ਬੱਪੜੇ ਕਿਆ ਕਰੇ ਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਹ ਕਰ ਵੀ ਕੀ ਸਕਦੇ ਹੈ, ਜਿਹੜੇ ਮਨ ਦੇ ਮਤਹਿਤ ਬੈਠੇ ਹੈ, ਮਨ ਨੇ ਜਿੱਧਰ ਮਰਜ਼ੀ ਲਗਾਇਆ, ਜੋ ਮਰਜ਼ੀ ਕਰਾਉਣ, ਮਨ ਕਰਾਏ ਉਹਨਾਂ ਪਾਸੋਂ, ਉਹ ਆਪ ਕਰ ਵੀ ਕੀ ਸਕਦੇ ਹੈ। ਜਿਹੜਾ ਮਨ ਦੇ ਹੀ ਮਤਹਿਤ ਚੱਲ ਰਿਹਾ, ਮਨ ਦੇ ਕੰਟਰੋਲ ਵਿੱਚ ਹੈ, ਉਹ ਕੀ ਕਰ ਸਕਦਾ ਆਪੇ। ਜਿਹੜੇ ਗੁਰਮੁਖ ਸਤਿਗੁਰ ਦੇ ਮਤਹਿਤ ਹੋ ਜਾਂਦੇ ਹੈ, ਉਹ ਸਤਿਗੁਰ ਦੇ ਮਤਹਿਤ ਚੱਲਦੇ, ਉਹ ਭਜਨ ਬੰਦਗੀ ਕਰਦੇ ਹੈ, ਉਹ ਈਸ਼ਵਰ ਦਾ ਨਾਮ ਜਪਦੇ ਹੈ, ਉਹ ਦੂਸਰੀ ਗੱਲ ਨਹੀਂ ਕਰਦੇ। ਹਾਂਜੀ, ਨਾਨਕ ਜਿੱਤ ਓ ਲਾਏ ਤਿੱਤ ਲੱਗੇ,
ਓ ਬਪੜੇ ਕਿਆ ਕਰੇ ਨਾ।